ਜਿਸ ਜਲ ਨਿਧ ਕਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ ਛੁੱਡ ਹੋ ਵੇਸ ਭੇਖ ਚਤੁਰਾਈ ਦੁਬਦਾ ਇਹ ਫਲ ਨਾਹੀਂ ਜੀਓ ਮਨ ਰੇ ਥਿਰ ਰਹੋ ਮਤ ਕਤ ਜਾਹੀਂ ਜੀਓ ਬਾਹਰ ਢੂੰਡਤ ਬਹੁਤ ਦੁੱਖ ਪਾਵੇਂ ਘਰ ਅੰਮ੍ਰਿਤ ਘਟ ਮਾਹੀ ਜੀਓ ਮਨ ਰੇ ਥਿਰ ਰਹੋ ਮਤ ਕਤ ਜਾਹੀਂ ਜੀਓ ਬਾਹਰ ਢੂੰਡਤ ਬਹੁਤ ਦੁੱਖ ਪਾਵੇਂ ਘਰ ਅੰਮ੍ਰਿਤ ਘਟ ਮਾਹੀ ਜੀਓ ਰਹਾ ਅਵਗੁਣ ਛੋੜ ਗੁਣਾ ਕੋ ਧਾਵੋ ਕਰ ਅਵਗੁਣ ਪਛਤਾਹੀ ਜੀਓ ਸਰ ਅਫਸਰ ਕੀ ਸਾਰ ਨ ਜਾਣੈ ਫਿਰ ਫਿਰ ਕੀਚ ਬੁਢਾਹੀ ਜੀਓ ਅੰਤਰ ਮੈਲ ਲੋਭ ਬਹੁ ਝੂਠੇ ਬਾਹਰ ਨਾਵੋ ਕਾਹੀ ਜੀਓ ਨਿਰਮਲ ਨਾਮ ਜਪੋ ਸਦ ਗੁਰਮੁਖ ਅੰਤਰ ਕੀ ਗਤ ਤਾਹੀ ਜੀਓ ਪਰ ਹਰ ਲੋਭ ਨਿੰਦਾ ਕੂੜ ਤਿਆਗੋ ਸੱਚ ਗੁਰ ਬਚਨੀ ਫਲ ਪਾਹੀ ਜੀਓ ਜਿਉਂ ਭਾਵੈ ਤਿਉਂ ਰੱਖੋ ਹਰ ਜੀਓ ਜਨ ਨਾਨਕ ਸ਼ਬਦ ਸਲਾਹੀ ਜੀਓ ਪਰ ਹਰ ਲੋਭ ਨਿੰਦਾ ਕੂੜ ਤਿਆਗੋ ਸੱਚ ਗੁਰ ਬਚਨੀ ਫਲ ਪਾਹੀ ਜੀਓ ਜਿਉਂ ਭਾਵੈ ਤਿਉਂ ਰੱਖੋ ਹਰ ਜੀਓ ਜਨ ਨਾਨਕ ਸ਼ਬਦ ਸਲਾਹੀ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਰਹਿਮਤਾਂ ਦੇ ਸਾਗਰ ਬਖਸ਼ਿਸ਼ਾਂ ਦੇ ਭੰਡਾਰ ਸਰਬ ਸਾਂਝੀ ਵਾਲਤਾ ਦੇ ਪੈਗੰਬਰ ਮਨੁੱਖਤਾ ਦੇ ਰਹਿਬਰ ਵਾਲੀਏ ਕੁੱਲ ਆਲਮ ਸਤਿਗੁਰੂ ਮੁਜੱਸਮਾ ਆਬੇ ਹਯਾਤ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਜੇ ਹੋਏ ਰਾਤਰੀ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਗੁਰਮੁਖ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਵਡਭਾਗੇ ਹਾਂ ਜਿਨ੍ਹਾਂ ਨੂੰ ਸਤਸੰਗਤ ਦੇ ਮਹਾਨ ਤੀਰਥ 'ਤੇ ਜੁੜ ਬੈਠ ਕੇ ਆਪਣੇ ਮਨ ਤੋਂ ਵਿਕਾਰਾਂ ਦੀ ਮੈਲ ਨੂੰ ਧੋਣ ਦਾ
ਇਹ ਵਡਮੁੱਲਾ ਸਮਾਂ ਪ੍ਰਾਪਤ ਹੋਇਆ ਹੈ। ਦਾਸ ਤੋਂ ਪਹਿਲਾਂ ਆਪ ਜੀ ਨੇ ਮੇਰੇ ਅਜ਼ੀਜ਼ ਸਤਿਕਾਰਯੋਗ ਗੁਰੂ ਕਿਆਂ ਦੀ ਰਸਨਾ ਤੋਂ ਅੰਮ੍ਰਿਤਮਈ ਬਾਣੀ ਦੇ ਰਸ ਭਿੰਨੇ ਸ਼ਬਦ ਕੀਰਤਨ ਸ਼ਰਵਣ ਕੀਤੇ ਨੇ। ਉਪਰੰਤ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ ਰਾਗ ਸੋਰਠ ਦੇ ਅੰਦਰ ਦਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਪਾਵਨ ਪਵਿੱਤਰ ਅੰਗ 598 ਦੇ ਉੱਪਰ ਸੁਭਾਏ ਮਾਨ ਸੰਪੂਰਨ ਸ਼ਬਦ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ। ਜੋ ਸਤਿਗੁਰੂ ਜੀ ਨੇ ਇਸ ਪਾਵਨ ਪਵਿੱਤਰ ਬਚਨ ਦੇ ਅੰਦਰ ਇਨਕਲਾਬੀ ਤੇ ਕ੍ਰਾਂਤੀਕਾਰੀ ਸਿਧਾਂਤ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਜਿਉਣ ਵਾਸਤੇ ਉਪਦੇਸ਼ ਕੀਤਾ ਹੈ, ਸਤਿਗੁਰੂ ਦੇ ਪਾਵਨ ਬਚਨਾਂ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਪਣੇ ਮਨ ਦੀ ਇਕਾਗਰਤਾ ਅਤੇ ਰਸਨਾ ਦੀ ਪਵਿੱਤਰਤਾ ਦੇ ਲਈ ਪੁੱਤਰਾਂ ਦੇ ਦਾਨੀ ਕਲਗੀਧਰ ਪਿਤਾ ਦੀ ਬਖਸ਼ੀ ਫਤਿਹ ਪ੍ਰਵਾਨ ਕਰੋ। ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਪਾਵਨ ਪਵਿੱਤਰ ਬਚਨ ਆਪ ਜੀ ਨੇ ਸ਼ਰਵਣ ਕੀਤਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਸ਼ਬਦ ਦੇ ਵਿੱਚ ਜੋ ਸ਼ਬਦ ਦਾ ਸੈਂਟਰਲ ਆਈਡੀਆ ਕੇਂਦਰੀ ਭਾਵ ਰਹਾਉ ਵਾਲੀ ਪੰਕਤੀ ਹੈ, ਜੋ ਸਤਿਕਾਰਯੋਗ ਭਾਈ ਸਾਹਿਬ ਕਹਿ ਰਹੇ ਸਨ ਕਿ ਭਾਈ ਸਾਹਿਬ ਤੁਹਾਨੂੰ ਇਹ ਵਿਸ਼ਾ ਦਿੱਤਾ ਗਿਆ ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ, ਮਨ ਰੇ ਹੇ ਮੇਰੇ ਮਨਾ, ਹੇ ਮੇਰੇ ਮਨ, ਮਨ ਨੂੰ ਆਵਾਜ਼ ਮਾਰ ਕੇ ਸਤਿਗੁਰੂ ਨੇ ਆਖਿਆ ਥਿਰ ਰਹੋ, ਤੂੰ ਟਿਕਿਆ ਰਹਿ, ਆਪਣੇ ਨਿੱਜ ਘਰ ਵਿੱਚ ਟਿਕਿਆ ਰਹੋ, ਮਨ ਰੇ ਥਿਰ ਰਹੋ, ਮਤ ਕੱਤ ਜਾਹੀ ਜੀਉ। ਕਹਿੰਦੇ ਮਤਾ ਤੂੰ ਬਾਹਰ ਜਾਈ, ਬਾਹਰ ਨਾ ਜਾਈ, ਬਾਹਰ ਨਾ ਲੱਭੀ ਰੱਬ ਨੂੰ, ਮਨ ਰੇ ਥਿਰ ਰਹੋ, ਮਤ ਕੱਤ ਜਾਹੀ ਜੀਉ। ਫਿਰ ਸਤਿਗੁਰੂ ਕਹਿੰਦੇ ਬਾਹਰ ਢੂੰਡਤ, ਬਾਹਰ ਲੱਭਦਿਆਂ, ਬਾਹਰ ਢੂੰਡਦਿਆਂ, ਖੋਜ ਕਰਦਿਆਂ ਬਹੁਤ ਦੁੱਖ ਪਾਵੇ, ਘਰ ਅੰਮ੍ਰਿਤ ਘਟ ਮਾਹੀ ਜੀਉ। ਜੇ ਬਾਹਰ ਲੱਭੇਗਾ ਤੇ ਸਤਿਗੁਰੂ ਕਹਿੰਦੇ ਬਾਹਰ ਤੇ ਕੇਵਲ ਦੁੱਖ ਹਨ, ਠੋਕਰਾਂ ਨੇ, ਕਿਉਂਕਿ ਘਰ ਅੰਮ੍ਰਿਤ ਘਟ ਮਾਹੀ ਜੀਉ। ਹਿਰਦੇ ਰੂਪੀ ਘਰ ਦੇ ਵਿੱਚ, ਸਤਿਗੁਰੂ ਕਹਿੰਦੇ ਹਿਰਦੇ ਦੇ ਵਿੱਚ ਹੀ ਅੰਮ੍ਰਿਤ ਹੈ, ਘਰ ਅੰਮ੍ਰਿਤ ਘਟ ਮਾਹੀ ਜੀਉ, ਹਿਰਦੇ ਰੂਪੀ ਘਰ ਦੇ ਵਿੱਚ ਅੰਮ੍ਰਿਤ ਹੈ। ਗੁਰੂ ਸਵਾਰਿਓ, ਸਭ ਤੋਂ ਪਹਿਲੀ ਗੱਲ ਇਹ ਜੋ ਸਮਝਣ ਯੋਗ ਹੈ, ਸਤਿਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਅੰਮ੍ਰਿਤ ਸ਼ਬਦ ਵਰਤਿਆ, ਬਹੁਤ ਵਾਰ ਵਰਤਿਆ। ਸਤਿਗੁਰੂ ਜੀ ਨੇ ਪ੍ਰਕਰਨ ਦੇ ਹਿਸਾਬ ਦੇ ਨਾਲ ਕਈ ਥਾਵਾਂ ਤੇ ਅੰਮ੍ਰਿਤ ਸ਼ਬਦ ਵਰਤਿਆ, ਪਰ ਅੰਮ੍ਰਿਤ ਦੇ ਅਰਥ ਚੱਲ ਰਹੇ ਪ੍ਰਕਰਨ ਦੇ ਮੁਤਾਬਕ ਅਲੱਗ ਅਲੱਗ ਹੋਣਗੇ। ਜਿਵੇਂ ਸਤਿਗੁਰੂ ਜੀ ਨੇ ਇੱਕ ਥਾਂ ਤੇ ਚੰਦਨ ਦੇ ਰੁੱਖ ਵਾਸਤੇ, ਚੰਦਨ ਦੀ ਲੱਕੜ ਵਾਸਤੇ ਅੰਮ੍ਰਿਤ ਸ਼ਬਦ ਵਰਤਿਆ, ਜਿਹਨੂੰ ਸਤਿਗੁਰੂ ਜੀ ਕਹਿੰਦੇ ਹਨ ਬਿਖ ਅੰਮ੍ਰਿਤ ਬਸੈ ਇੱਕ ਸੰਗਾ। ਇਹ ਭਗਤ ਜੀ ਦਾ ਸ਼ਬਦ ਹੈ, ਵੈਸੇ ਸ਼ੁਰੂ ਹੁੰਦਾ ਇਹ ਦੂਧ ਤਾਂ ਬਸ਼ਰੈ ਥਣੋ ਬਿਟਾਰਿਓ, ਫੂਲ ਭਵਰ ਜਲ ਮੀਨ ਵਿਗਾਰਿਓ, ਮਾਈ ਗੋਬਿੰਦ ਪੂਜਾ ਕਹਾਂ ਲੈ ਚੜ੍ਹਾਵੋ, ਅਵਰ ਨਾ ਫੂਲ ਅਨੂਪ ਨਾ ਪਾਵੋ, ਮਹਿਲਾ ਗਰ ਬੇਰੇ ਹੈ ਭਯੰਗਾ, ਬਿਖ ਅੰਮ੍ਰਿਤ ਬਸੈ ਇੱਕ ਸੰਗਾ। ਜ਼ਹਿਰ ਭਾਵ ਕਿ ਸੱਪ ਦੇ ਵਿੱਚ ਜ਼ਹਿਰ ਹੈ, ਤੇ ਸੱਪ ਨੇ ਗਰਮੀ ਤੋਂ ਬਚਣ ਵਾਸਤੇ ਚੰਦਨ ਦੀ ਲੱਕੜ ਨੂੰ ਲਪੇਟਾ ਮਾਰਿਆ, ਉੱਥੇ ਚੰਦਨ ਦੀ ਲੱਕੜ ਵਾਸਤੇ ਪਾਤਸ਼ਾਹ ਨੇ ਅੰਮ੍ਰਿਤ ਸ਼ਬਦ ਵਰਤਿਆ। ਇੱਕ ਬਚਨ ਅਸੀਂ ਪੜ੍ਹਦੇ ਹਾਂ, ਪਸ਼ੂ ਮਿਲੈ ਚੰਗਿਆਈਆਂ, ਖੜ ਖਾਵੇ ਅੰਮ੍ਰਿਤ ਦੇ, ਉੱਥੇ ਅੰਮ੍ਰਿਤ ਸ਼ਬਦ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਦੁੱਧ ਵਾਸਤੇ ਵਰਤਿਆ। ਸੋਇਨ ਕਟੋਰੀ ਅੰਮ੍ਰਿਤ ਭਰੀ, ਅੰਮ੍ਰਿਤ ਦੀ ਦੁੱਧ ਵਾਸਤੇ ਜਿਹੜਾ ਅੰਮ੍ਰਿਤ ਸ਼ਬਦ ਵਰਤਿਆ। ਇੱਕ ਥਾਂ ਤੇ ਪਾਤਸ਼ਾਹ ਨੇ
ਅੰਮ੍ਰਿਤ ਵੇਲਾ ਪ੍ਰਭਾਤ ਵੇਲਾ ਸਵੇਰ ਦੇ ਵੇਲੇ ਵਾਸਤੇ ਤੜਕ ਸਾਰ ਵਾਸਤੇ ਅੰਮ੍ਰਿਤ ਸ਼ਬਦ ਵਰਤਿਆ। ਤੁਸੀਂ ਰੋਜ਼ ਪੜ੍ਹਦੇ ਹੋ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਸਤਿਗੁਰੂ ਜੀ ਨੇ 36 ਪ੍ਰਕਾਰ ਦੇ ਭੋਜਨਾਂ ਦੇ ਵਾਸਤੇ ਵੀ ਅੰਮ੍ਰਿਤ ਸ਼ਬਦ ਵਰਤਿਆ। ਅਸੀਂ ਸੁਖਮਨੀ ਸਾਹਿਬ ਬਾਣੀ ਦੇ ਵਿੱਚ ਇਹ ਬਚਨ ਪੜ੍ਹਦੇ ਹਾਂ, ਜਿਹ ਪ੍ਰਸਾਦ 36 ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮਾਹੇ। ਉੱਥੇ 36 ਪ੍ਰਕਾਰ ਦੇ ਭੋਜਨਾਂ ਵਾਸਤੇ ਅੰਮ੍ਰਿਤ ਸ਼ਬਦ ਵਰਤਿਆ ਗਿਆ। ਇੱਕ ਬਚਨ ਅਸੀਂ ਪੜ੍ਹਦੇ ਹਾਂ, ਅੰਮ੍ਰਿਤ ਦ੍ਰਿਸ਼ਟ ਸੰਤ ਜੀ ਵਾਹੇ। ਉੱਥੇ ਦ੍ਰਿਸ਼ਟੀ ਵਾਸਤੇ, ਵੇਖਣ ਵਾਸਤੇ ਜਿਹੜਾ ਸ਼ਬਦ ਹੈ ਉਹ ਅੰਮ੍ਰਿਤ ਵਰਤਿਆ ਗਿਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਚੱਲ ਰਹੇ ਪ੍ਰਕਰਨਾਂ ਦੇ ਹਿਸਾਬ ਦੇ ਨਾਲ ਅੰਮ੍ਰਿਤ ਸ਼ਬਦ ਦੇ ਜਿਹੜੇ ਅਰਥ ਨੇ ਉਹ ਵੱਖ ਵੱਖ ਹੋਣਗੇ। ਇੱਕ ਥਾਂ ਤੇ ਪਾਤਸ਼ਾਹ ਇਸ ਕਾਇਆ ਨੂੰ ਅਮਰ ਰਹਿਣ ਵਾਸਤੇ, ਅਮਰ ਰਹਿਣ ਵਾਸਤੇ ਵੀ ਅੰਮ੍ਰਿਤ ਸ਼ਬਦ ਵਰਤਦੇ ਨੇ। ਅੰਮ੍ਰਿਤ ਕਾਇਆ ਰਹਿ ਸੁਖਾਲੀ ਬਾਜੀ ਇਹ ਸੰਸਾਰੋ, ਸਤਿਗੁਰੂ ਜੀ ਨੇ ਉੱਥੇ ਵੀ ਅੰਮ੍ਰਿਤ ਸ਼ਬਦ ਵਰਤਿਆ। ਸਤਿਗੁਰੂ ਜੀ ਨੇ ਰੱਬ ਦੇ ਨਾਮ ਦੇ ਵਾਸਤੇ ਵੀ ਅੰਮ੍ਰਿਤ ਸ਼ਬਦ ਵਰਤਿਆ। ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਪਾਈ। ਸਤਿਗੁਰੂ ਜੀ ਨੇ ਬਾਣੀ ਵਾਸਤੇ ਵੀ ਅੰਮ੍ਰਿਤ ਬਾਣੀ ਹਰ ਹਰ ਤੇਰੀ, ਬਾਣੀ ਦੇ ਵਾਸਤੇ ਵੀ ਅੰਮ੍ਰਿਤ ਸ਼ਬਦ ਵਰਤਿਆ। ਭਾਵ ਕਿ ਚੱਲ ਰਹੇ ਪ੍ਰਕਰਨ ਦੇ ਹਿਸਾਬ ਦੇ ਨਾਲ ਜਿਹੜੇ ਅੰਮ੍ਰਿਤ ਸ਼ਬਦ ਦੇ ਅਰਥ ਹਨ ਉਹ ਵੱਖ ਵੱਖ ਤਰੀਕਿਆਂ ਦੇ ਨਾਲ ਹੋਣਗੇ। ਔਰ ਇੱਕ ਸ਼ਬਦ ਅੱਜ ਦੇ ਸਮੇਂ ਦੇ ਵਿੱਚ ਅਸੀਂ ਵਰਤਦੇ ਹਾਂ ਖੰਡੇ ਬਾਟੇ ਦੀ ਪੌਲ ਵਾਸਤੇ ਅੰਮ੍ਰਿਤ ਸ਼ਬਦ, ਕਿਉਂਕਿ ਜ਼ਿਆਦਾ ਆਪਾਂ ਜਿਹੜੀ ਵਿਚਾਰ ਹੈ ਉਹ ਅੰਮ੍ਰਿਤ ਦੇ ਪਰਛਾਏ ਕਰਨੀ ਹੈ, ਕਿਉਂਕਿ ਖਾਲਸਾ ਸਾਜਣਾ ਦਿਵਸ ਦੇ ਸੰਬੰਧ ਦੇ ਵਿੱਚ ਇਹ ਜਿਹੜੇ ਸਮਾਗਮ ਚੱਲ ਰਹੇ ਹਨ ਔਰ ਇਹਦੇ ਮੁਤਲਕ ਹੀ ਆਪਾਂ ਵਿਚਾਰ ਕਰਨੀ ਹੈ। ਪਹਿਲੀ ਗੱਲ ਤੇ ਇਹ ਵੀ ਚੱਲ ਰਹੀ ਗੁਰਬਾਣੀ ਦੇ ਪ੍ਰਕਰਨ ਦੇ ਹਿਸਾਬ ਦੇ ਨਾਲ ਅੰਮ੍ਰਿਤ ਦੇ ਜਿਹੜੇ ਅਰਥ ਹਨ ਉਹ ਵੱਖੋ ਵੱਖੇ ਤਰੀਕਿਆਂ ਦੇ ਨਾਲ ਹੋਣਗੇ। ਚੰਦਨ ਨੂੰ ਵੀ ਅੰਮ੍ਰਿਤ ਆਖਿਆ, ਜਿੱਥੇ ਵੇਲੇ ਦੀ ਗੱਲ ਆਈ ਹੈ ਉੱਥੇ ਪਾਤਸ਼ਾਹ ਨੇ ਅੰਮ੍ਰਿਤ ਸ਼ਬਦ ਵਰਤਿਆ। ਜਿੱਥੇ 36 ਪ੍ਰਕਾਰ ਦੇ ਭੋਜਨਾਂ ਦੀ ਗੱਲ ਆਈ ਹੈ ਉੱਥੇ, ਜਿੱਥੇ ਵੇਖਣ ਦੀ ਗੱਲ ਆਈ ਹੈ ਉੱਥੇ ਵੀ ਅੰਮ੍ਰਿਤ ਸ਼ਬਦ ਵਰਤਿਆ। ਬਾਣੀ ਵਾਸਤੇ ਵੀ ਅੰਮ੍ਰਿਤ ਸ਼ਬਦ ਵਰਤਿਆ, ਨਾਮ ਵਾਸਤੇ ਵੀ ਅੰਮ੍ਰਿਤ ਸ਼ਬਦ ਵਰਤਿਆ। ਇਸ ਤਰੀਕੇ ਦੇ ਨਾਲ ਅੰਮ੍ਰਿਤ ਸ਼ਬਦ ਦੇ ਅਰਥ ਚੱਲ ਰਹੇ ਪ੍ਰਕਰਨ ਦੇ ਮੁਤਾਬਕ ਵੱਖੋ ਵੱਖ ਤਰੀਕਿਆਂ ਨਾਲ ਹੋਣਗੇ। ਸਭ ਤੋਂ ਪਹਿਲੀ ਗੱਲ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਵੀ ਜਿਹੜਾ ਅੰਮ੍ਰਿਤ ਦਾ ਵਾਸ ਹੈ ਉਹ ਦੇਹੀ ਦੇ ਵਿੱਚ ਹੈ, ਦੇਹੀ ਦੇ ਵਿੱਚ ਅੰਮ੍ਰਿਤ ਦਾ ਵਾਸਾ। ਗੁਰੂ ਨਾਨਕ ਸਾਹਿਬ ਦਾ ਇਹ ਬਚਨ ਸੀ, ਮਨ ਰੇ ਛਿਰ ਰਹੋ ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੇਂ, ਘਰ ਅੰਮ੍ਰਿਤ ਘਟ ਮਾਹੀ ਜੀਓ। ਇਸ ਹਿਰਦੇ ਰੂਪੀ ਘਰ ਦੇ ਵਿੱਚ ਹੀ ਪਾਤਸ਼ਾਹ ਕਹਿੰਦੇ ਅੰਮ੍ਰਿਤ ਹੈ, ਅੰਮ੍ਰਿਤ ਦੇਹੀ ਦੇ ਵਿੱਚ ਹੈ। ਸਭ ਤੋਂ ਪਹਿਲੀ ਗੱਲ, ਦੇਹੀ ਵਿੱਚ ਅੰਮ੍ਰਿਤ ਹੈ। ਕਿਵੇਂ ਹੈ ਦੇਹੀ ਦੇ ਵਿੱਚ? ਪਾਤਸ਼ਾਹ ਕਹਿੰਦੇ ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ, ਮਨ ਮੁਖਾਂ ਸਾਧ ਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਭੁਲਾਇਆ। ਸਤਿਗੁਰੂ ਸੱਚੇ ਪਾਤਸ਼ਾਹ ਨੇ ਸ਼ਬਦ ਵਰਤਿਆ ਵੀ ਦੇਹੀ ਦੇ ਵਿੱਚ ਅੰਮ੍ਰਿਤ ਹੈ। ਇੱਕ ਸ਼ਬਦ ਤੁਹਾਡੀ ਰਸਨਾ ਤੇ ਰਹਿੰਦਾ, ਜਿਹੜੇ ਸੱਜਣ ਸੁਖਮਨੀ ਸਾਹਿਬ ਬਾਣੀ ਦਾ ਪਾਠ ਰੋਜ਼ ਕਰਦੇ ਤੇ ਸਤਿਗੁਰੂ ਉਹਦੇ ਵਿੱਚ ਕਹਿੰਦੇ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮਹਿ ਇਸ ਕਾ ਵਿਸਰਾਮ। ਨਾਮ ਦਾ ਵਾਸਾ ਕਿੱਥੇ ਹੈ? ਨਾਮ ਦਾ ਵਾਸਾ ਹੈ ਦੇਹੀ ਦੇ ਵਿੱਚ, ਸਰੀਰ ਦੇ। ਇੱਥੇ ਮੈਂ ਇੱਕ ਗੱਲ ਕਲੀਅਰ ਹੋਰ ਕਰਨੀ ਚਾਹੁੰਦਾ। ਅੱਜ ਨਾ ਸਾਡੇ ਸਮਾਜ ਦੇ ਵਿੱਚ ਭਰਮਾਰ ਬਹੁਤ ਹੈ, ਮੈਂ ਜੀ ਫਲਾਣੇ ਮਹਾਂਪੁਰਸ਼ਾਂ ਤੋਂ ਨਾਮ ਲਿਆ। ਦੂਜਾ ਉੱਠਦਾ ਉਹ ਕਹਿੰਦਾ ਜੀ ਮੈਂ ਫਲਾਣਿਆਂ ਤੋਂ ਲਿਆ। ਪੁੱਛੋ ਵੀ ਕੀ ਨਾਮ ਦਿੱਤਾ ਜੀ, ਸਾਨੂੰ ਵੀ ਦੱਸੋ। ਕਹਿੰਦੇ ਨਾਮ ਦੱਸਣਾ ਨਹੀਂ। ਮੈਂ ਕਿਹਾ ਫਿਰ ਇਹ ਨਾਮ ਨਹੀਂ ਹੋ ਸਕਦਾ, ਇਹ ਛੂਤ ਦੀ ਬਿਮਾਰੀ ਹੋ ਸਕਦੀ ਹੈ ਜਿਹੜੀ ਦੱਸਣ ਦੇ ਨਾਲ ਦੂਜੇ ਨੂੰ ਲੱਗ ਜਾਂਦੀ। ਚੇਤਾ ਰੱਖਿਓ, ਨਾਮ ਨਾ ਹੀ ਦਿੱਤਾ ਜਾਂਦਾ, ਨਾ ਹੀ ਨਾਮ ਲਿਆ ਜਾਂਦਾ, ਨਾਮ ਜਪਿਆ ਜਾਂਦਾ, ਨਾਮ ਧਿਆਇਆ ਜਾਂਦਾ, ਨਾਮ ਸਿਮਰਿਆ ਜਾਂਦਾ,
नाम आराध्या जांदा है, नाम जपया जांदा है। जिन्नियां भी पंक्तियां ने गुरु ग्रंथ साहिब दी बाणी अंदर, वो नाम जपण वास्ते, ध्यान वास्ते, सिमरन वास्ते, आराधन वास्ते ते आउणगियां। पर कोई देहधारी साध ना ही ते नाम दे सकदा ते ना ही नाम किसे तो लिया जा सकदा। नाम हमेशा जपया जांदा है, ध्याया जांदा है, आराध्या जांदा है ते सिमरिया जांदा है। गुरु सवारियो सतगुरु कहिंदे, नौनिद अमृत प्रभ का नाम देही मह इसका विश्राम। मन रे थिर रहो मत कत जाही जियो, बाहर ढूंढत बहुत दुख पावे घर अमृत घट माही जियो। सतगुरु कहिंदे सब किश घर मह बाहर नाही, बाहर टोले सो भरम भुलाही, गुर प्रसादी जिनी अंतर पाया सो अंतर बाहर सुहेला जियो। सब तो पहली गल भी नाम है जेड़ा अमृत नाम, वह देही दे विच है, अंदर है। हुण दूजी गल सतगुरु कहिंदे भी अंदरले नाम नू प्रगट करन वास्ते बाहरी तौर ते भी अमृत नाम की जरूरत है। बाहरी तौर ते अमृत नाम अंदरले नाम नू प्रगट करेगा, वह किवें? सतगुरु गुरु ग्रंथ साहिब की बाणी विच पातशाह ने परमात्मा दे नाम वास्ते जदों अमृत शब्द वरत्या ते सतगुरु कहिंदे अमृत नाम परमेश्वर तेरा, जो सिमरै सो जीवै, जिसनो कर्म प्राप्त होवै सो जन निर्मल थीवै। असल दे विच पवित्र ओ है जिदे ते मालक दी बख्शिश हो जावे, कृपा हो जावे, मालक दी बख्शिश ते कृपा दे नाल जिन्हों नाम मिल जांदा है, जिहड़ा नाम नू जपदा है। फिर सतगुरु जी ने गुरु ग्रंथ साहिब दी बाणी विच आख्या अमृत नाम निदान है मिल पीवो भाई। सतगुरु जी ने परमात्मा दे नाम वास्ते भी उत्थे अमृत शब्द वरते, अमृत नाम निदान है मिल पीवो भाई। एक पंक्ति होर है जिदे सतगुरु कहिंदे अमृत नाम निर्मोलक हीरा, गुर दिनो मनतानी, डिगे ना डोले दृढ़ कर रहे हो पूर्ण होए त्रिपतानी। सब तो पहली गल अमृत देही विच है अमृत नाम। नौ निद अमृत प्रभ का नाम देही मैं इसका विश्राम, घर ही मैं अमृत भरपूर है मन मुखा साधना पाया। अंदरले नाम वास्ते भी पातशाह ने अमृत शब्द वरते है, परमात्मा दे नाम वास्ते भी सतगुरु जी ने अमृत शब्द गुरु ग्रंथ साहिब दी बाणी दे विच वरते है। सब तो पहली गल अंदरला ते अमृत नाम बाहरी तौर ते। और नाम जपन दे अज तरीके भावां सानू वखो वखरे दसे जा रहे ने। नाम जपन दे तरीके गलत ने, नाम जपना कोई गलत गल नहीं, नाम जपना क्योंकि गुरु ग्रंथ साहिब दी बाणी दे अंदर अद्धे तो ज्यादा बाणी नाम दी गल करदी है। पर सानू जपन वास्ते तरीके गलत दसे गए भी तुसी अखां बंद कर लो ते नाम जपो। हुण मैं जिन्ने तुसी बैठे हो तुहानू कहां भी तुसी अपनियां अखां कर लो बंद। नाम जपण धर्म कमाउण दी ते गल दूर, तुसी अखां बंद करके मैनू अपने घर जाके विखाओ, तुसी पौड़ियां नहीं उतर सकते अखां बंद करके। पर जदों धर्म कमाउण दी गल आई उदों आख्या जी अखां बंद। फिर दूजी गल कहा जांदा है जी उतां नू साह खिचो ते वाह आखो ते हेठां नू साह कढो ते गुरु आखो। मैं पिछले दिन ही अमेरिका सी कैलिफोर्निया दे विच डॉक्टर मिले ते ओ कहिंदे मेडिकल साइंस इस गल नू मनदी है भी जदों बंदा साह हेठां छड्दा है उदों बोलदा है, क्योंकि जिहड़ी क्रिया है मेडिकल साइंस इस गल नू मनदी है भी जदों बंदा बोलदा है ते बंदा साह बाहर कढ्दा है ते जदों बंदा साह लैंदा उदों उदों तो बोलिया ही नहीं जांदा। ते साडे अनपढ़ साध कह रहे ने, इह सानू तरीके दस रहे ने, हेठां नू वाह आखो उतां नू गुरु आखो, उतां नू साह खिचो ते वाह आखो, हेठां नू साह छड्डो ते गुरु आखो। ओह कहिंदे मैडिकल साइंस मनदी ही नहीं,
ਜਦੋਂ ਬੰਦੇ ਨੇ ਸਾਹ ਛੱਡਣਾ ਉਦੋਂ ਬੋਲਣਾ, ਜਦੋਂ ਬੋਲੇਗਾ ਸਾਹ ਛੱਡੇਗਾ, ਜਦੋਂ ਬੰਦਾ ਸਾਹ ਲਏਗਾ ਉਦੋਂ ਉਹ ਬੋਲ ਹੀ ਨਹੀਂ ਸਕਦਾ। ਪਰ ਸਾਨੂੰ ਤਰੀਕੇ ਇਹ ਦੱਸੇ ਜਾ ਰਹੇ ਨੇ, ਅੱਖਾਂ ਬੰਦ ਕਰ ਲਓ। ਅੱਖਾਂ ਬੰਦ ਕਰਕੇ ਤੇ ਬੰਦਾ ਆਪਣੇ ਘਰ ਨਹੀਂ ਪਹੁੰਚ ਸਕਦਾ, ਪਰ ਜਦੋਂ ਧਰਮ ਕਮਾਉਣਾ ਉਦੋਂ ਸਾਨੂੰ ਦੱਸਿਆ ਜਾ ਰਿਹਾ ਵੀ ਇਹ ਅੱਖਾਂ ਬੰਦ ਕਰਕੇ ਤੁਸੀਂ ਧਰਮ ਕਮਾ ਸਕਦੇ ਹੋ, ਪਰ ਨਹੀਂ, ਇਹ ਤਰੀਕੇ ਗਲਤ ਹਨ। ਸਤਿਗੁਰੂ ਜੀ ਨੇ ਆਖਿਆ ਵੀ ਬਾਹਰੀ ਤੌਰ ਤੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਬਚਨ ਹੈ, ਸਤਿਗੁਰੂ ਕਹਿੰਦੇ ਮਨ ਬਚ ਕਰਮ ਅਰਾਧੇ ਕਰਤਾ ਨਾਹੀਂ ਤਿਸੈ ਸਜਾਈ ਹੈ। ਅਸਲ ਵਿੱਚ ਜਿਹੜਾ ਮਨ ਕਰਕੇ, ਬਚਨਾਂ ਬੋਲਾਂ ਕਰਕੇ ਤੇ ਕਰਮਾਂ ਕਰਕੇ, ਤਿੰਨ ਤਰੀਕਿਆਂ ਦੇ ਨਾਲ ਨਾਮ ਜਪਣਾ ਹੈ। ਅਸਲ ਵਿੱਚ ਬਚਨਾਂ ਕਰਕੇ, ਮਨ ਕਰਕੇ ਤੇ ਕਰਮਾਂ ਕਰਕੇ। ਮਨ ਬਚ ਕਰਮ ਅਰਾਧੇ ਕਰਤਾ ਨਾਹੀਂ ਤਿਸੈ ਸਜਾਈ ਹੈ। ਫਿਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਸੱਚੇ ਪਾਤਸ਼ਾਹ ਕਹਿੰਦੇ, ਹੁਣ ਦੇਹੀ ਵਾਲਾ ਅੰਮ੍ਰਿਤ ਨਾਮ ਤੇ ਪਰਮਾਤਮਾ ਦਾ ਨਾਮ, ਹੁਣ ਇਹ ਪੈਦਾ ਕਿੱਥੋਂ ਹੋਣਾ ਹੈ? ਬਾਹਰੀ ਤੌਰ ਤੇ ਜਿਹੜਾ ਨਾਮ ਹੈ ਇਹ ਜਪਿਆ ਜਾ ਰਿਹਾ, ਪਰ ਅਸਲ ਵਿੱਚ ਇਸ ਨਾਮ ਦਾ ਮੂਲ ਕੀ ਹੈ, ਕਿਵੇਂ ਜਪਿਆ ਜਾਣਾ? ਇੱਕ ਬਚਨ ਤੁਸੀਂ ਪੜ੍ਹਦੇ ਹੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ, ਜਿਹਦੇ ਵਿੱਚ ਪਾਤਸ਼ਾਹ ਕਹਿੰਦੇ ਸਤ ਸੰਗਤ ਕੈਸੀ ਜਾਣੀਏ। ਇਹ ਸਵਾਲ ਪੈਦਾ ਹੁੰਦਾ ਵੀ ਸਤ ਸੰਗਤ ਹੈ ਕੀ? ਹਜ਼ੂਰ ਕਹਿੰਦੇ ਜਿੱਥੇ ਏਕੋ ਨਾਮ ਵਖਾਣੀਐ, ਸਤ ਸੰਗਤ ਉਹ ਹੈ ਜਿੱਥੇ ਇੱਕ ਨਾਮ ਦੀ ਗੱਲ ਹੈ। ਹੁਣ ਅਗਲਾ ਸਵਾਲ ਹੋਰ ਪੈਦਾ ਹੁੰਦਾ ਵੀ ਨਾਮ ਕੀ ਹੈ, ਸਤ ਸੰਗਤ ਕੈਸੀ ਜਾਣੀਐ? ਪਹਿਲਾ ਸਵਾਲ ਸੀ ਵੀ ਸਤ ਸੰਗਤ ਕੀ ਹੈ, ਉਹ ਸਤਿਗੁਰੂ ਨੇ ਕਲੀਅਰ ਕਰ ਦਿੱਤਾ ਵੀ ਜਿੱਥੇ ਏਕੋ ਨਾਮ ਵਖਾਣੀ, ਜਿੱਥੇ ਇੱਕ ਦੀ ਗੱਲ ਹੋਵੇ। ਫਿਰ ਨਾਮ ਕੀ ਹੈ? ਕਹਿੰਦੇ ਏਕੋ ਨਾਮ ਹੁਕਮ ਹੈ, ਪਰਮਾਤਮਾ ਦਾ ਹੁਕਮ ਰੱਬ ਦਾ ਨਾਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਰੱਬ ਦਾ ਹੁਕਮ ਹੈ ਕਿ ਜਿਹਨੂੰ ਪਾਤਸ਼ਾਹ ਨੇ ਨਾਮ ਆਖਿਆ, ਤੇ ਸਤਿਗੁਰੂ ਬਾਣੀ ਵਿੱਚ ਕਹਿੰਦੇ ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੀ। ਤੁਹਾਨੂੰ ਜੇ ਕੋਈ ਪੁੱਛੇ ਵੀ ਰੱਬ ਦਾ ਹੁਕਮ ਕੀ ਹੈ, ਗੱਲਾਂ ਬਹੁਤ ਹੋ ਰਹੀਆਂ ਜੀ, ਰਜਾ 'ਚ ਰਹਿਣਾ ਚਾਹੀਦਾ ਜੀ, ਭਾਣੇ 'ਚ ਰਹਿਣਾ ਚਾਹੀਦਾ ਜੀ, ਹੁਕਮ 'ਚ ਰਹਿਣਾ ਚਾਹੀਦਾ। ਅਸਲ ਵਿੱਚ ਭਾਣਾ ਰਜਾ ਤੇ ਹੁਕਮ ਹੈ ਕੀ? ਜੇ ਦੋ ਸ਼ਬਦਾਂ ਦੇ ਵਿੱਚ ਤੁਸੀਂ ਕਿਸੇ ਨੂੰ ਦੱਸਣਾ ਹੋਵੇ ਤੇ ਉਹਨੂੰ ਦੱਸੋ ਵੀ ਰਜਾ ਭਾਣਾ ਹੁਕਮ, ਇਹ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਜਿਹੜੀ ਸਾਡੇ ਸਤਿਗੁਰੂ ਸਾਹਿਬਾਨਾਂ ਨੇ ਆਖਿਆ, ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੀ। ਇਹ ਕੋਈ ਮੇਰੀ ਨਿੱਜੀ ਵਿਚਾਰ ਨਹੀਂ, ਮੈਂ ਪਰਮਾਤਮਾ ਦਾ ਹੁਕਮ ਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਖੀ ਹੈ। ਤੇ ਪਰਮਾਤਮਾ ਦਾ ਨਾਮ ਕੀ ਹੈ? ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੀ ਰੱਬ ਦਾ ਹੁਕਮ ਹੈ ਜਿਹਨੂੰ ਪਾਤਸ਼ਾਹ ਨੇ ਆਖਿਆ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜੇਕਰ ਸਿੱਖਾ ਤੂੰ ਹੁਕਮ ਮੰਨਣਾ ਤੇ ਆਪਣੇ ਗੁਰੂ ਦਾ, ਕਿਹੜਾ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ। ਹੁਣ ਜਿਹੜਾ ਨਾਮ ਜਪਿਆ ਜਾਣਾ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਮੁਤਾਬਕ ਹੀ ਜਪਿਆ ਜਾਣਾ ਜਿਹਨੂੰ ਸਤਿਗੁਰੂ ਜੀ ਨੇ ਬਾਣੀ ਵਿੱਚ ਆਖਿਆ ਹੈ ਅੰਮ੍ਰਿਤ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਅੰਮ੍ਰਿਤ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਫਿਰ ਪਾਤਸ਼ਾਹ ਨੇ ਆਖਿਆ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ, ਹਮਾਰੀ ਪਿਆਰੀ ਅੰਮ੍ਰਿਤ ਧਾਰੀ। ਇਹ ਅੰਮ੍ਰਿਤ ਦੀ ਧਾਰ ਹੈ ਗੁਰਬਾਣੀ, ਗੁਰ ਨਿਮਖ ਨਾ ਮਨ ਤੇ ਟਾਰੀ ਰੇ। ਸਾਡੇ ਗੁਰੂ ਸਾਹਿਬਾਨਾਂ ਨੇ ਇੱਕ ਨਿਮਖ ਮਾਤਰ ਵੀ ਇਸ ਬਾਣੀ ਨੂੰ ਆਪਣੇ ਮਨ ਤੋਂ ਭੁਲਾਇਆ ਨਹੀਂ। ਦੇਹੀ ਵਿੱਚ ਅੰਮ੍ਰਿਤ, ਅੰਮ੍ਰਿਤ ਪਰਮਾਤਮਾ ਦਾ ਨਾਮ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਮ੍ਰਿਤ। ਹੁਣ ਅਗਲਾ ਸਵਾਲ ਗੁਰੂ ਸਵਾਰਿਓ, ਜੋ ਅਸੀਂ ਆਪਣਾ ਇਤਿਹਾਸ ਪੜ੍ਹਦੇ ਹਾਂ, ਇਤਿਹਾਸਕਾਰਾਂ ਨੇ ਚਰਨ ਪਹੁਲ ਦੇ ਵਾਸਤੇ
ਵੀ ਬੜੀਆਂ ਥਾਵਾਂ ਤੇ ਜ਼ਿਕਰ ਕੀਤਾ ਹੈ ਵੀ ਦਸਵੇਂ ਪਾਤਸ਼ਾਹ ਤੋਂ ਪਹਿਲਾਂ ਜਦੋਂ ਸਿੱਖੀ ਧਾਰਨ ਕੀਤੀ ਜਾਂਦੀ ਸੀ ਤੇ ਉਦੋਂ ਚਰਨਾਮ੍ਰਿਤ ਚਰਨ ਪਹੁਲ ਦਿੱਤੀ ਜਾਂਦੀ ਸੀ, ਜਿਹਨੂੰ ਭਾਈ ਗੁਰਦਾਸ ਜੀ ਨੇ ਵੀ ਆਪਣੀ ਰਚਨਾ ਦੇ ਵਿੱਚ ਕਈਆਂ ਥਾਵਾਂ ਤੇ ਅੰਕਿਤ ਕੀਤਾ ਹੈ। ਚਰਨਾਮ੍ਰਿਤ ਸ਼ਬਦ ਵਰਤਿਆ ਹੈ। ਹੁਣ ਚਰਨਾਮ੍ਰਿਤ ਚਰਨ ਪੌਲ ਗੁਰੂ ਦੀ ਦਿੱਤੀ ਜਾਂਦੀ ਸੀ ਤੇ ਅਜੋਕੇ ਸਮੇਂ ਦੇ ਵਿੱਚ ਸਾਡਾ ਗੁਰੂ ਕਿਹੜਾ ਹੈ? ਅੱਜ ਦੇ ਸਮੇਂ ਦੇ ਵਿੱਚ ਸਾਡਾ ਗੁਰੂ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੀ ਸਿੱਖ ਵਾਸਤੇ ਅੰਮ੍ਰਿਤ ਹੈ। ਬਾਟੇ ਦੇ ਵਿੱਚ ਪਤਾਸੇ ਪਾਏ ਹੋਣ, ਜਲ ਪਾਇਆ ਹੋਵੇ, ਖੰਡਾ ਭਾਵੇਂ ਪੰਜ ਪਿਆਰਿਆਂ ਦੇ ਹੱਥ ਵਿੱਚ ਹੋਵੇ, ਉਹਨਾਂ ਚਿਰ ਅੰਮ੍ਰਿਤ ਨਹੀਂ ਬਣੇਗਾ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਪੜ੍ਹੀ ਜਾਂਦੀ। ਖੰਡਾ ਭਾਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੱਥ ਵਿੱਚ ਹੋਵੇ, ਉਹਨਾਂ ਚਿਰ ਅੰਮ੍ਰਿਤ ਨਹੀਂ ਬਣੇਗਾ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਪੜ੍ਹੀ ਜਾਂਦੀ। ਇਸ ਕਰਕੇ ਬਾਣੀ ਪੜ੍ਹੀ ਜਾਵੇਗੀ ਤੇ ਤਾਂ ਅੰਮ੍ਰਿਤ ਬਣੇਗਾ। ਇਸ ਕਰਕੇ ਰਹਿਤਨਾਮਿਆਂ ਦੇ ਵਿੱਚ ਸਾਨੂੰ ਇਹ ਉਪਦੇਸ਼ ਕੀਤਾ ਵੀ ਅੱਜ ਦੇ ਸਮੇਂ ਦੇ ਵਿੱਚ ਸਿੱਖ ਦਾ ਗੁਰੂ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਤੇ ਸਿੱਖ ਨੇ ਪਾਂਚ ਸਿੰਘ ਅੰਮ੍ਰਿਤ ਜੋ ਦੇਵੈ ਤਾਂ ਕੋ ਸਿਰ ਧਰ ਛਕ ਪੁੰਨ ਲੇਵੈ, ਪੁੰਨ ਮਿਲ ਪੰਚੋ ਰਹਿਤ ਜੋ ਭਖ ਹੈ ਤਾਂ ਕੋ ਮਨ ਮੈਂ ਦ੍ਰਿੜ ਕਰ ਰੱਖੈ। ਜਿਹੜਾ ਅੰਮ੍ਰਿਤ ਹੈ, ਅੰਮ੍ਰਿਤ ਇਹ ਸ਼ਬਦ ਗੁਰੂ ਸਵਾਰਿਓ, ਮ੍ਰਿਤਯੂ ਸ਼ਬਦ ਹੈ, ਮ੍ਰਿਤ ਮ੍ਰਿਤਯੂ ਹਿੰਦੀ ਭਾਸ਼ਾ ਦਾ, ਮ੍ਰਿਤਯੂ ਦਾ ਅਰਥ ਹੈ ਮੌਤ, ਮੌਤ। ਪਰ ਇਹਦੇ ਅਗੇਤਰ ਦੇ ਵਿੱਚ ਲੱਗਾ ਐੜਾ, ਅਗੇਤਰ ਦੇ ਵਿੱਚ ਐੜਾ ਲੱਗਾ ਹੋਣ ਕਰਕੇ ਉਹ ਦਾ ਜਿਹਨੂੰ ਪੀ ਕੇ ਜਿਹਨੂੰ ਹਾਸਲ ਕਰਕੇ ਮੌਤ ਨਹੀਂ ਆਉਂਦੀ। ਅੰਮ੍ਰਿਤ ਸ਼ਬਦ, ਵੈਸੇ ਅੰਮ੍ਰਿਤ ਸ਼ਬਦ ਰਿਗਵੇਦ ਦੇ ਵਿੱਚ ਪੁਰਾਣਾਂ ਦੇ ਵਿੱਚ ਵੀ ਆਇਆ, ਪਰ ਕਿਸੇ ਨੇ ਇਹਨੂੰ ਆਬੇ ਹਯਾਤ ਆਖਿਆ, ਕਿਸੇ ਨੇ ਇਹਨੂੰ ਸੋਮਰਾ ਸਾਖਿਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪਾਤਸ਼ਾਹ ਕਹਿੰਦੇ ਅੰਮ੍ਰਿਤ ਪੀਵੈ ਅਮਰ ਸੋ ਹੋਏ। ਅਸਲ ਵਿੱਚ ਜਿਹੜਾ ਅੰਮ੍ਰਿਤ ਪੀ ਲੈਂਦਾ ਉਹ ਅਮਰ ਹੋ ਜਾਂਦਾ। ਸੱਚੇ ਪਾਤਸ਼ਾਹ ਨੇ ਆਖਿਆ ਅੰਮ੍ਰਿਤ ਪੀਆ, ਜਿਹੜਾ ਅੰਮ੍ਰਿਤ ਮੈਂ ਪੀਤਾ ਉਹ ਮੈਨੂੰ ਮਿਲਿਆ ਕਿੱਥੋਂ ਹੈ? ਉਹ ਕਿਸੇ ਸਾਧ ਨੇ ਪਾਣੀ ਦੇ ਵਿੱਚ ਰੰਗ ਘੋਲ ਕੇ ਨਹੀਂ ਦਿੱਤਾ, ਮੈਨੂੰ ਅੰਮ੍ਰਿਤ ਪੀਆ ਸਤਿਗੁਰ ਦੀਆ। ਜਦੋਂ ਦਾ ਮੈਂ ਗੁਰੂ ਦਾ ਦਿੱਤਾ ਹੋਇਆ ਅੰਮ੍ਰਿਤ ਪੀ ਲਿਆ ਉਦੋਂ ਦਾ ਮੈਨੂੰ ਪਤਾ ਲੱਗ ਗਿਆ ਵੀ ਅਵਰ ਨਾ ਜਾਣਾ ਦੂਆ ਤੀਆ, ਮੈਂ ਤੇ ਦੂਜਾ ਤੀਜਾ ਆਪਣੇ ਗੁਰੂ ਤੋਂ ਬਿਨਾਂ ਜਾਣਿਆ ਹੀ ਨਹੀਂ। ਜਿਹਨੂੰ ਸਤਿਗੁਰੂ ਜੀ ਨੇ ਇਸ ਤਰ੍ਹਾਂ ਆਖਿਆ ਅੰਮ੍ਰਿਤ ਪੀਆ ਸਤਿਗੁਰ ਦੀਆ ਅਵਰ ਨਾ ਜਾਣਾ ਦੂਆ ਤੀਆ, ਮੈਂ ਆਪਣੇ ਗੁਰੂ ਤੋਂ ਬਿਨਾਂ ਦੂਜਾ ਤੇ ਤੀਜਾ ਜਾਣਿਆ ਹੀ ਨਹੀਂ। ਇਸ ਕਰਕੇ ਗੁਰੂ ਸਵਾਰਿਓ, ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ, ਹੇ ਮੇਰੇ ਮਨਾ ਤੂੰ ਬਾਹਰ ਨਾ ਲੱਭ, ਬਾਹਰ ਨਾ ਢੂੰਡ, ਬਾਹਰ ਤੇ ਕੇਵਲ ਠੋਕਰਾਂ ਹੀ ਹਨ। ਜਿਹਨੂੰ ਗੁਰੂ ਨਾਨਕ ਸਾਹਿਬ ਅੱਜ ਵਿਚਾਰ ਅਧੀਨ ਸ਼ਬਦ ਦੀ ਰਹਾਉ ਦੀ ਪੰਕਤੀ ਚ ਕਹਿ ਰਹੇ ਨੇ ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੇ। ਇਹਨੂੰ ਹੀ ਫਰੀਦ ਸਾਹਿਬ ਨੇ ਆਖਿਆ ਫਰੀਦਾ ਜੰਗਲ ਜੰਗਲ ਕਿਆ ਭਾਵੈ, ਵਣ ਕੰਡਾ ਮੋੜੇ ਵੱਸੀ ਰੱਬ ਹਿਆਲੀਏ, ਜੰਗਲ ਕਿਆ ਢੂੰਡੇ। ਇਹਨੂੰ ਹੀ ਭਗਤ ਸਾਹਿਬਾਨਾਂ ਨੇ ਆਖਿਆ ਹੈ ਕੱਤ ਜਾਈਏ ਰੇ ਘਰ ਲਾਗੋ ਰੰਗ, ਮੇਰੇ ਹਿਰਦੇ ਰੂਪੀ ਘਰ ਦੇ ਵਿੱਚ ਰੰਗ ਲੱਗ ਗਿਆ। ਕੱਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਭਇਓ ਪੰਗ। ਹੁਣ ਇਹ ਜਿਹੜਾ ਮੇਰਾ ਮਨ ਹੈ ਉਹ ਪਿੰਗਲਾ ਹੋ ਗਿਆ, ਕਿਉਂਕਿ ਮੇਰੇ ਗੁਰੂ ਦੀ ਬਖਸ਼ਿਸ਼ ਮੇਰੇ ਤੇ ਹੋ ਗਈ ਹੈ ਵੀ ਮੇਰੇ ਗੁਰੂ ਨੇ ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਹੇ ਦਿਖਾਇਆ ਥਾ। ਸਤਿਗੁਰੂ ਜੀ ਕਹਿੰਦੇ ਮਨ ਰੇ ਚਿਰ ਰਹੋ ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੇ ਔਰ ਘਰ ਅੰਮ੍ਰਿਤ ਘਟ ਮਾਹੀ ਜੀਓ।
ਸ਼ਬਦ ਦੀ ਸ਼ੁਰੂਆਤ ਹੈ। ਆਰੰਭਕ ਪਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਜਿਸ ਜਲ ਨਿਧ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ। ਜਿਸ ਨਾਮ ਜਲ ਦੇ ਖਜ਼ਾਨੇ ਦੀ ਪ੍ਰਾਪਤੀ ਵਾਸਤੇ ਤੁਸੀਂ ਇਸ ਸੰਸਾਰ ਦੇ ਵਿੱਚ ਆਏ ਹੋ, ਜਿਸ ਜਲ ਨਿਧ, ਜਿਸ ਨਾਮ ਜਲ ਦੇ ਖਜ਼ਾਨੇ ਦੀ ਪ੍ਰਾਪਤੀ ਵਾਸਤੇ ਤੁਮ ਜਗ ਆਏ, ਤੁਸੀਂ ਇਸ ਜਗਤ ਵਿੱਚ, ਇਸ ਸੰਸਾਰ ਵਿੱਚ ਆਏ ਹੋ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਉਹ ਅੰਮ੍ਰਿਤ ਗੁਰੂ ਤੋਂ ਮਿਲਦਾ ਹੈ। ਉਹ ਅੰਮ੍ਰਿਤ ਦੀ ਦਾਤ ਕੇਵਲ ਤੇ ਕੇਵਲ ਗੁਰੂ ਦੇ ਸਕਦਾ ਹੈ। ਆਨੰਦ ਸਾਹਿਬ ਬਾਣੀ ਵਿੱਚ ਸਤਿਗੁਰੂ ਕਹਿੰਦੇ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ। ਉਹ ਅੰਮ੍ਰਿਤ ਖੋਜਦੇ ਸਨ, ਇਹ ਨਹੀਂ ਵੀ ਉਹ ਖੋਜਣਾ ਹਟ ਗਏ, ਅੱਜ ਵੀ ਖੋਜ ਰਹੇ ਨੇ। ਕਿਉਂਕਿ ਜੇ ਅੱਜ ਵੀ ਤੀਜੇ ਪਾਤਸ਼ਾਹ ਇਹ ਗੱਲ ਕਹਿ ਰਹੇ ਨੇ ਨਾ ਵੀ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਖੋਜ ਉਹਨਾਂ ਦੀ ਅੱਜ ਵੀ ਜਾਰੀ ਹੈ, ਲੱਭ ਉਹ ਅੱਜ ਵੀ ਰਹੇ ਨੇ, ਪਰ ਅਸਲ ਦੇ ਵਿੱਚ ਜਿਹੜਾ ਅੰਮ੍ਰਿਤ ਹੈ ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਕਦੋਂ ਅੰਮ੍ਰਿਤ ਸੱਚਾ ਮਨ ਵਸਾਇਆ, ਜਦੋਂ ਅਸਲ ਦੇ ਵਿੱਚ ਸੱਚੇ ਨੂੰ, ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ, ਗੁਰੂ ਦੇ ਸ਼ਬਦ ਨੂੰ ਜਦੋਂ ਅਸਲ ਵਿੱਚ ਆਪਣੀ ਜ਼ਿੰਦਗੀ ਦੇ ਅੰਦਰ ਧਾਰਨ ਕਰ ਲਿਆ। ਸਤਿਗੁਰੂ ਕਹਿੰਦੇ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ। ਉਹ ਅੱਜ ਵੀ ਖੋਜ ਰਹੇ ਨੇ, ਸਦੀਆਂ ਪਹਿਲਾਂ ਵੀ ਖੋਜ ਰਹੇ ਸਨ, ਔਰ ਉਹਨਾਂ ਦੀ ਖੋਜ ਅੱਜ ਵੀ ਜਾਰੀ ਹੈ, ਪਰ ਅਸਲ ਵਿੱਚ ਸੋ ਅੰਮ੍ਰਿਤ ਗੁਰ ਤੇ ਪਾਇਆ, ਉਸ ਅੰਮ੍ਰਿਤ ਦੀ ਪ੍ਰਾਪਤੀ ਕੇਵਲ ਤੇ ਕੇਵਲ ਗੁਰੂ ਦੇ ਕੋਲੋਂ ਹੋ ਸਕਦੀ ਹੈ। ਹੁਣ ਇੱਥੇ ਸਵਾਲ ਇਹ ਪੈਦਾ ਹੁੰਦਾ, ਅੱਜ ਤੁਸੀਂ ਪੁੱਛੋ ਕਿਸੇ ਨੂੰ ਵੀ ਤੁਸੀਂ ਜੀ ਅੰਮ੍ਰਿਤ ਕਿੱਥੋਂ ਛਕਿਆ? ਕੋਈ ਕਹਿੰਦਾ ਜੀ ਮੈਂ ਢੱਡਰੀਆਂ ਵਾਲਿਆਂ ਦਾ ਅੰਮ੍ਰਿਤ ਛਕਿਆ, ਦੂਜੇ ਨੂੰ ਪੁੱਛੋ ਕਹਿੰਦਾ ਜੀ ਮੈਂ ਟਕਸਾਲ ਦਾ ਅੰਮ੍ਰਿਤ ਛਕਿਆ, ਤੀਜੇ ਨੂੰ ਪੁੱਛੋ ਕਹਿੰਦਾ ਜੀ ਮੈਂ ਨਿਹੰਗ ਸਿੰਘਾਂ ਦਾ ਅੰਮ੍ਰਿਤ ਛਕਿਆ। ਜਿੰਨਿਆਂ ਨੂੰ ਪੁੱਛੋਗੇ ਤੁਸੀਂ, ਉਹ ਤੁਹਾਨੂੰ ਵੱਖੋ ਵੱਖ ਜਥੇਬੰਦੀਆਂ ਦਾ ਨਾਮ ਲੈ ਕੇ ਕਹਿਣਗੇ ਜੀ ਅਸੀਂ ਕਦੀ ਕਿਸੇ ਨੇ ਨਹੀਂ ਆਖਿਆ ਵੀ ਮੈਂ ਬਾਣੀ ਦਾ ਅੰਮ੍ਰਿਤ ਛਕਿਆ ਤੇ ਪੰਜ ਪਿਆਰਿਆਂ ਦੇ ਕੋਲੋਂ ਛਕਿਆ। ਕੋਈ ਆਖੇਗਾ ਜੀ ਮੈਂ ਟਕਸਾਲ ਚੋਂ ਛਕਿਆ, ਦੂਜਾ ਉੱਠੇਗਾ ਉਹ ਕਹੇਗਾ ਜੀ ਮੈਂ ਨਿਹੰਗ ਸਿੰਘਾਂ ਦਾ ਅੰਮ੍ਰਿਤ ਛਕਿਆ, ਤੀਜਾ ਉੱਠੇਗਾ ਉਹ ਫਲਾਣੀ ਜਥੇਬੰਦੀ ਦਾ ਨਾਮ ਲਏਗਾ। ਕਦੀ ਨਹੀਂ ਕਿਸੇ ਨੇ ਆਖਿਆ ਵੀ ਮੈਂ ਪੰਜ ਪਿਆਰਿਆਂ ਤੋਂ, ਪੰਜ ਸਿੰਘਾਂ ਤੋਂ, ਪੰਜਾਂ ਤੋਂ ਅੰਮ੍ਰਿਤ ਛਕਿਆ ਤੇ ਉਹ ਅੰਮ੍ਰਿਤ ਕਿਸੇ ਜਥੇਬੰਦੀ ਦਾ ਨਹੀਂ, ਕਿਸੇ ਸੰਸਥਾ ਦਾ ਨਹੀਂ, ਉਹ ਅੰਮ੍ਰਿਤ ਕੇਵਲ ਤੇ ਕੇਵਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਤਿਆਰ ਹੋਇਆ, ਔਰ ਉਹ ਕਿਸੇ ਜਥੇਬੰਦੀ ਦਾ ਨਹੀਂ। ਤੁਸੀਂ ਅੱਜ ਪੁੱਛੋਗੇ ਸਾਡੇ ਲੋਕਾਂ ਨੇ ਅੰਮ੍ਰਿਤ ਦੇ ਵਿੱਚ ਵੀ ਵੰਡੀਆਂ ਪਾ ਦਿੱਤੀਆਂ ਨੇ, ਔਰ ਖੰਡੇ ਬਾਟੇ ਦੀ ਪੌਲ ਦਿੰਦਿਆਂ ਵੀ ਕੇਵਲ ਤੇ ਕੇਵਲ ਜਾਤ ਪਾਤ ਪੁੱਛੀ ਜਾਂਦੀ। ਉਹ ਧੰਨ ਸਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਸਾਂਝੀਵਾਲਤਾ ਦਾ ਹੋਕਾ ਦਿੱਤਾ ਤੇ ਔਰ ਸੱਚੇ ਪਾਤਸ਼ਾਹ ਨੇ ਬਰਾਬਰ ਖੰਡੇ ਬਾਟੇ ਦੀ ਪੌਲ ਜਿੱਥੇ ਮਰਦਾਂ ਨੂੰ ਦਿੱਤੀ ਉੱਥੇ ਨਾਲ ਬੀਬੀਆਂ ਨੂੰ ਵੀ ਖੰਡੇ ਬਾਟੇ ਦੀ ਪੌਲ ਦਿੱਤੀ। ਔਰ ਇਹਦੇ ਤੋਂ ਉੱਤੇ ਕੋਈ ਵੀ ਦਲੀਲ ਨਹੀਂ ਹੋ ਸਕਦੀ। ਜਿੱਥੇ ਸਾਡੇ ਭਰਾ ਬੈਠੇ ਨੇ ਉੱਥੇ ਬਰਾਬਰ ਭੈਣਾਂ ਬੈਠੀਆਂ ਨੇ, ਕਿਉਂਕਿ ਸਾਡੀ ਸੰਗਤ ਇੱਕ ਹੈ, ਸਾਡੀ ਪੰਗਤ ਇੱਕ ਹੈ, ਸਾਡੇ ਸਰੋਵਰ ਇੱਕ ਨੇ, ਸਾਡੀਆਂ ਪੰਜ ਬਾਣੀਆਂ ਇੱਕ ਨੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਚਾਰਧਾਰਾ ਇੱਕ ਹੈ, ਸਾਡਾ ਅੰਮ੍ਰਿਤ ਇੱਕ ਹੈ। ਅੰਮ੍ਰਿਤ ਕੋਈ ਦੋ ਚਾਰ ਪੰਜ ਸੱਤ ਪ੍ਰਕਾਰ ਦਾ ਨਹੀਂ, ਜਿਹਨੂੰ ਪਾਤਸ਼ਾਹ ਨੇ ਆਖਿਆ ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾ ਹੈ। ਅੰਮ੍ਰਿਤ ਹੈ ਇੱਕੋ ਪ੍ਰਕਾਰ ਦਾ, ਦੂਜਾ ਤੇ ਅੰਮ੍ਰਿਤ ਹੀ ਹੈ ਨਹੀਂ, ਪਰ ਅੰਮ੍ਰਿਤ ਦੇ ਵਿੱਚ ਅਸੀਂ ਵੰਡੀਆਂ ਪਾ ਦਿੱਤੀਆਂ। ਹਰ ਇੱਕ ਸੰਸਥਾ, ਹਰ ਇੱਕ ਜਥੇਬੰਦੀ, ਤੁਸੀਂ ਵੇਖੋ ਛਕਣ ਵਾਲੇ ਵੀ ਤੁਹਾਨੂੰ ਜਥੇਬੰਦੀਆਂ ਦੇ ਨਾਮ ਦੱਸਣਗੇ ਤੇ ਛਕਾਉਣ ਵਾਲੇ ਵੀ, ਵੱਖੋ ਵੱਖਰੀਆਂ ਮਰਿਆਦਾਵਾਂ ਜਿਹੜੀਆਂ ਦ੍ਰਿੜ ਕਰਾਈਆਂ ਜਾਂਦੀਆਂ ਨੇ। ਖੰਡੇ ਬਾਟੇ ਦੀ ਪੌਲ ਲੈਣ ਲੱਗਿਆਂ ਭਾਵ ਕਿ ਗੁਰੂ ਸਾਹਿਬ ਨੇ ਕੀਤਾ ਇੱਕ, ਪਰ ਸਾਡੀ ਖੰਡੇ ਬਾਟੇ ਦੀ ਪੌਲ ਛਕਣ ਲੱਗਿਆਂ ਵੀ ਮਰਿਆਦਾ ਇੱਕ ਨਹੀਂ ਰਹਿਣ ਦਿੱਤੀ। ਵੈਸੇ ਰਜਨੀਸ਼ ਓਸ਼ੋ ਇੱਕ ਬੜੀ ਸੁੰਦਰ ਗੱਲ ਲਿਖਦਾ ਹੈ, ਉਹ ਕਹਿੰਦਾ ਜਿੰਨਾ ਚਿਰ ਤੇ ਧਰਮ, ਧਰਮ ਦੇ ਰਹਿਬਰਾਂ, ਪੈਗੰਬਰਾਂ,
अवतार औलियां ते गुरुआं दे हाथ विच रहिंदा है। जिन्ना चिर धर्म दे आगू खुद अवतार पैगंबर ते गुरु शरीरक हयाती दे विच रहिंदे ने ओना चिर धर्म चंगा वधदा ते फुलदा है, धर्म दा प्रचार ते प्रसार बहुत हुंदा है। पर जदों अवतार पैगंबर औलिए ते गुरुआं दे जाण तों बाद धर्म अगां चेलियां दे हाथ विच आ जांदा है, फिर वह कहिंदा भी धर्म दे विच बहुत रलगड कर देंदे ने, फिर अगां जथेबंदियां चल पैंदियां ने, फिरके कई पैदा हो जांदे ने, फिर अगां दी अगां कई डेरे चल पैंदे ने, कई अगां दी अगां फिर टकसालां चल पैंदियां ने। जदों धर्म गुरुआं तों बाद पैगंबरां तों बाद अवतार ते औलियां तों बाद ओशो कहिंदा है अगां फिर चेलियां दे हाथ विच आ जांदा है, ओ कई अगां फिरके जथेबंदियां स्थापित कर देंदे ने ते बहुत तरीकियां दे नाल रलगड करके धर्म नूं तार पीड़ो कर देंदे ने। ओना चिर सही रहिंदा है जिन्ना चिर केवल ओना पैगंबरां ते गुरुआं ते अवतारां दे हाथ विच धर्म रहिंदा है। सतगुरु जी कहिंदे नानक अमृत एक है, दूजा अमृत ना है। खंडे बाटे दी पौल लैण वास्ते पहाड़ी राजे श्री आनंदपुर साहब दी धरती ते गुरु गोबिंद सिंह साहब कोल आए सन। उन्होंने आके आखिया पातशाह असा सुनिया भी तुसी खंडे बाटे दी पौल अपने सिखां नूं दित्ती है। पातशाह ने आखिया हां, खंडे बाटे दी पौल असी अपनियां प्यारियां संगतां ते सिखां नूं दित्ती है। उन्होंने आखिया पातशाह फिर असी चाहुंदे हां सानू भी खंडे बाटे दी पौल दिओ। पातशाह ने आखिया छक लो तुसी खंडे बाटे दी पौल, तुसी छक सकदे हो, सांझी वालता दा प्रतीक है। उन्होंने आख्या जी साड़ियां दो शर्तां हन। पहली शर्त ते यह है साड़ी भी सानू जेड़ा अमृत है असी उच्चियां जातां वाले हाँ, सानू खंडे बाटे दी पौल इन्हां नीवियां जातां वाले लोकां दे नालों वक्खरी तैयार करके छकाओ। पहली गल ते यह भी साडा जेड़ा उच्चियां जातां पातां दा हंकार है वह बनिया रहे, बोलबाला भी कायम रहे। ते दूजी गल असी तुहानूं इह कहिणी चाहुंदे हां भी पातशाह जदों असी खंडे बाटे दी पौल लै लवांगे उदों सानूं अधिकार दिओ भी असी देवी देवतियां दी पत्थरां दी ते मूर्तियां दी भी असी पूजा कर सकीए। पातशाह ने आख्या सी नहीं, सब तों पहली गल ते इह खंडे बाटे दी पौल नूं तैयार करन दे वास्ते गुरु गोबिंद सिंह साहब तक गुरु नानक साहब तों लैके लगभग 230 सालां दा समां लगा है, दो सदियां ते तीन दहाकियां दा समां 230 साल लगे हन। ये ओही पंथ है जिहड़ा गुरु नानक साहब ने चलाया है, क्योंकि कई वारी असी दसवें पातशाह दे वेले आ के इतिहास की कथा करदे आ सुणदे आ ते सुणाउंदे आ कह दिंदे आ भी गुरु गोबिंद सिंह साहब ने नवा पंथ साजिया। जे गुरु गोबिंद सिंह साहब ने नवा पंथ साजिया ते जिहदी गल गुरु नानक साहब करदे ने मारिया सिक्का जगत विच नानक निर्मल पंथ चलाया, पंथ ते गुरु नानक साहब दा चलाया होया। गुरु गोबिंद सिंह साहब ने केड़ा नवा चला दिया, ये ओही पंथ है जिन्हों भट्ट साहिबान चौथे पातशाह दे वेले आ के कहिंदे ने एक उत्तम पंथ सुनियो गुरु संगत। वो चौथे पातशाह दे वेले आ के भी पंथ शब्द गुरु रामदास साहब सच्चे पातशाह दे बाबत वरतदे हन। हम अवगुण भरे एक गुण नाही, अमृत छाड बिखे बिख खाई, माया मोह भरम पै भूले, सुत दारा स्यो प्रीत लगाई, एक उत्तम पंथ सुनियो गुरु संगत, तेहे मिलंत जम त्रास मिटाई, एक अरदास पाठ कीरत की गुरु रामदास रखो शरणाई।
ਇਹ ਪੰਥ ਉਹੀ ਹੈ ਜਿਹੜਾ ਗੁਰੂ ਨਾਨਕ ਸਾਹਿਬ ਦਾ ਚਲਾਇਆ। ਪੰਥ ਉਹੀ ਹੈ ਚੌਥੇ ਪਾਤਸ਼ਾਹ ਦੇ ਬਾਰੇ ਜਿਹਦੀ ਭੱਟ ਸਾਹਿਬਾਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੱਲ ਕਰਦੇ ਹਨ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਿੱਧਾਂ ਨੂੰ ਮਿਲਦੇ ਨੇ, ਸਿੱਧ ਪੁੱਛਣ ਸੁਣ ਨਾਨਕਾ, ਸਿੱਧ ਕਹਿੰਦੇ ਨਾਨਕਾ ਸੁਣ, ਤੋਹੇ ਜਗ ਨੂੰ ਕਰਾ ਮਾਤ ਵਿਖਾਈ, ਵੀ ਤੂੰ ਕੋਈ ਜਗਤ ਨੂੰ ਕਰਾ ਮਾਤ ਵਿਖਾਈ, ਕੁਝ ਵਿਖਾਲੇ ਅਸਾਂ ਨੂੰ, ਤੋਹੇ ਕਿਉਂ ਢਿੱਲ ਅਵੇ ਹੀ ਲਾਈ, ਵੀ ਕੁਝ ਸਾਨੂੰ ਵੀ ਕਰਾ ਮਾਤ ਵਿਖਾ, ਦੁਨੀਆਂ ਦੇ ਲੋਕ ਤੇ ਤੇਰੇ ਚਰਨਾਂ ਤੇ ਝੁੱਕ ਗਏ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਵਾਬ ਦਿੱਤਾ, ਬਾਬਾ ਆਖੇ ਨਾਥ ਜੀ, ਅਸਾਂ ਵੇਖਣ ਜੋਗੀ ਵਸਤ ਨਾ ਕਾਈ, ਮੈਂ ਕੋਈ ਜਗਤ ਨੂੰ ਕਰਾਮਾਤ ਨਹੀਂ ਵਿਖਾਈ, ਦੁਨੀਆਂ ਦੇ ਲੋਕ ਉਹ ਕਹਿੰਦੇ ਤੁਹਾਡੇ ਅੱਗੇ ਝੁੱਕ ਗਏ, ਜੇ ਤੁਸੀਂ ਕਰਾਮਾਤ ਵਿਖਾਈ ਹੈ ਤੇ ਸਾਨੂੰ ਵੀ ਵਿਖਾਓ, ਐਵੇਂ ਢਿੱਲ ਕਿਉਂ ਕੀਤੀ ਹੈ। ਗੁਰੂ ਨਾਨਕ ਸਾਹਿਬ ਨੇ ਆਖਿਆ ਸੀ, ਗੁਰ ਸੰਗਤ ਬਾਣੀ ਬਿਨਾ, ਇੱਕ ਤੇ ਗੁਰੂ ਦੀ ਸੰਗਤ ਤੇ ਦੂਜਾ ਬਾਣੀ, ਦੂਜੀ ਓਟ ਨਹੀਂ ਹੈ ਰਾਈ, ਗੁਰੂ ਦੀ ਸੰਗਤ ਤੇ ਗੁਰੂ ਦੀ ਬਾਣੀ ਤੋਂ ਬਿਨਾਂ ਰਾਈ, ਰਾਈ ਦਾ ਦਾਣਾ ਸਰੋਂ ਦਾ ਦਾਣਾ, ਸਰੋਂ ਦਾ ਦਾਣਾ ਕਿੱਡਾ ਹੁੰਦਾ, ਬਿਲਕੁਲ ਬਰੀਕ, ਮੈਨੂੰ ਗੁਰੂ ਦੀ ਸੰਗਤ ਤੇ ਗੁਰੂ ਦੀ ਬਾਣੀ ਤੋਂ ਬਿਨਾਂ ਸਰੋਂ ਦੇ ਦਾਣੇ ਜਿੰਨੀ ਵੀ ਦੂਜੇ ਤੇ ਓਟ ਨਹੀਂ। ਇਹੀ ਗੁਰੂ ਸੰਗਤ ਤੇ ਗੁਰੂ ਬਾਣੀ ਜਿਹਦੀ ਗੱਲ ਭਾਈ ਗੁਰਦਾਸ ਨੇ ਸਿੱਧਾਂ ਦੇ ਨਾਲ ਜੋਗੀਆਂ ਦੇ ਨਾਲ ਹੁੰਦੀ ਗੱਲਬਾਤ ਦੀ ਆਪਣੀ ਰਚਨਾ 'ਚ ਕੀਤੀ ਹੈ, ਇਹੀ ਗੁਰੂ ਸੰਗਤ ਦਸਵੇਂ ਪਾਤਸ਼ਾਹ ਦੇ ਵੇਲੇ ਗੁਰੂ ਪੰਥ ਬਣੀ ਹੈ ਤੇ ਇਹੀ ਗੁਰਬਾਣੀ ਦਸਵੇਂ ਪਾਤਸ਼ਾਹ ਦੇ ਵੇਲੇ ਗ੍ਰੰਥ ਬਣੀ ਹੈ। ਇਹਨੂੰ ਹੀ ਆਖਿਆ ਗਿਆ ਹੈ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਹਦੀ ਹੀ ਗੱਲ ਕੀਤੀ, ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਜਦੋਂ ਪਹਾੜੀ ਰਾਜਿਆਂ ਨੇ ਆਖਿਆ, ਪਾਤਸ਼ਾਹ ਸਾਨੂੰ ਖੰਡੇ ਬਾਟੇ ਦੀ ਪੌਲ ਵੱਖਰੀ ਤਿਆਰ ਕਰਕੇ ਛਕਾਓ, ਸਾਡਾ ਉੱਚੀਆਂ ਜਾਤਾਂ ਦਾ ਇੱਕ ਤੇ ਹੰਕਾਰ ਬਣਿਆ ਰਹੇ, ਦੂਜਾ ਅਸੀਂ ਦੇਵੀ ਦੇਵਤਿਆਂ ਤੇ ਤਸਵੀਰਾਂ ਦੀ ਪੂਜਾ ਵੀ ਕਰ ਸਕੀਏ। ਸਤਿਗੁਰੂ ਨੇ ਆਖਿਆ, ਨਹੀਂ, ਇਹ ਸਾਂਝੀਵਾਲਤਾ ਦਾ ਪ੍ਰਤੀਕ ਹੈ, ਖੰਡੇ ਬਾਟੇ ਦੀ ਪੌਲ, ਕਿਉਂਕਿ ਸਾਡੀ ਪੌਲ ਇੱਕ ਹੈ, ਪੰਜ ਕਕਾਰ ਇੱਕ ਨੇ, ਨਿਤਨਿਮ ਦੀਆਂ ਬਾਣੀਆਂ ਇੱਕ ਨੇ, ਸੰਗਤ ਤੇ ਪੰਗਤ ਇੱਕ ਹੈ, ਸਰੋਵਰ ਇੱਕ ਹੈ, ਇਹਦੇ ਤੋਂ ਉੱਤੇ ਹੋਰ ਕੋਈ ਵੀ ਦਲੀਲ ਨਹੀਂ। ਤੇ ਦੂਜੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਬੁੱਤਾਂ ਦੀ ਪੂਜਾ ਕਰਨ ਦੀ, ਸਿੱਖ ਕੇਵਲ ਅਕਾਲ ਦਾ ਪੁਜਾਰੀ ਹੈ, ਨਿਰੰਕਾਰ ਦਾ ਪੁਜਾਰੀ ਹੈ, ਆਕਾਰ ਦਾ ਪੁਜਾਰੀ ਨਹੀਂ। ਸਿੱਖ ਨੇ ਆਕਾਰ ਦੀ ਪੂਜਾ ਨਹੀਂ ਕਰਨੀ, ਸਿੱਖ ਨੇ ਕੇਵਲ ਨਿਰੰਕਾਰ ਦੀ ਪੂਜਾ ਕਰਨੀ ਹੈ। ਪਾਤਸ਼ਾਹ ਨੇ ਆਏ ਹੋਏ ਪਹਾੜੀ ਰਾਜਿਆਂ ਨੂੰ ਨਾ ਕਰ ਦਿੱਤੀ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖੰਡੇ ਬਾਟੇ ਦੀ ਪੌਲ ਦਿੱਤੀ ਹੈ ਸਾਨੂੰ, ਜਿਹੜੀ ਗੱਲ ਪਹਿਲੇ ਪਾਤਸ਼ਾਹ ਨੇ ਕੀਤੀ ਹੈ ਨਾ, ਜਿਸ ਜਲ ਨਿਧ ਕਾਰਨ, ਜਿਸ ਨਾਮ ਜਲ ਦੇ ਖਜ਼ਾਨੇ ਵਾਸਤੇ ਤੁਮ ਜਗ ਆਏ, ਤੁਸੀਂ ਜਗਤ ਵਿੱਚ ਆਏ ਹੋ, ਸੋ ਅੰਮ੍ਰਿਤ, ਉਹ ਅੰਮ੍ਰਿਤ ਗੁਰ ਪਾਹੀ ਜੀਓ, ਉਹ ਅੰਮ੍ਰਿਤ ਦੀ ਦਾਤ ਕੇਵਲ ਗੁਰੂ ਦੇ ਕੋਲੋਂ ਮਿਲਦੀ ਹੈ, ਗੁਰੂ ਉਹ ਅੰਮ੍ਰਿਤ ਦੀ ਦਾਤ ਦਿੰਦਾ ਹੈ, ਗੁਰੂ ਦੇ ਕੋਲ ਉਹ ਅੰਮ੍ਰਿਤ ਦੀ ਦਾਤ ਹੈ। ਅਸੀਂ ਕਈ ਵਾਰੀ ਇਹ ਸਵਾਲ ਕਰਦੇ ਹਾਂ, ਭਾਈ ਸਾਹਿਬ ਖੰਡੇ ਬਾਟੇ ਦੀ ਪੌੜ ਲੈਣੀ ਚਾਹੀਦੀ ਹੈ? ਇਹ ਬਹੁਤਿਆਂ ਦਾ ਸਵਾਲ ਹੈ ਸਾਡਾ, ਸੋ ਅੰਮ੍ਰਿਤ ਗੁਰ ਪਾਹੀ ਜੀਓ, ਇਹ ਗੁਰੂ ਸਵਾਰਿਓ ਸਵਾਲ ਅਸੀਂ ਬਹੁਤ ਕਰਦੇ ਹਾਂ, ਭਾਈ ਸਾਹਿਬ ਅੰਮ੍ਰਿਤ ਛਕਣਾ ਚਾਹੀਦਾ, ਖੰਡੇ ਬਾਟੇ ਦੀ ਪੌੜ ਲੈਣੀ ਚਾਹੀਦੀ ਹੈ? ਕਦੀ ਅਸੀਂ ਇਹ ਨਹੀਂ ਪੁੱਛਿਆ ਵੀ ਭਾਈ ਸਾਹਿਬ ਪਾਣੀ ਵੀ ਪੀਣਾ ਚਾਹੀਦਾ ਕਿ ਨਹੀਂ, ਪਤਾ ਵੀ ਨਾ ਪੀਤਾ ਚਾਰ ਦਿਨ ਤੇ ਉਦਾਂ ਚੰਦ ਚੜ੍ਹ ਜਾਣਾ। ਕਿਸੇ ਨੇ ਇਹ ਨਹੀਂ ਪੁੱਛਿਆ ਵੀ ਭਾਈ ਸਾਹਿਬ ਰੋਟੀ ਵੀ ਖਾਣੀ ਚਾਹੀਦੀ ਹੈ ਕਿ ਨਹੀਂ, ਕਿਉਂਕਿ ਉਹ ਸਾਡੀ ਲੋੜ ਬਣ ਗਈ, ਖੰਡੇ ਬਾਟੇ ਦੀ ਪੌਲ ਦੀ ਅਸੀਂ ਲੋੜ ਮਹਿਸੂਸ ਨਹੀਂ ਕੀਤੀ, ਇਸ ਕਰਕੇ ਸਾਡਾ ਅੱਜ ਸਰਦਾ। ਇਹ ਸਵਾਲ ਗੁਰੂ ਸਵਾਰਿਓ ਪੁੱਤਰਾਂ ਦੇ ਦਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਡਾ ਕਲੀਅਰ ਕਰ ਦਿੱਤਾ। ਜਿਹੜਾ ਅੱਜ ਸਾਡਾ ਸਵਾਲ ਹੈ ਨਾ ਜੀ, ਖੰਡੇ ਬਾਟੇ ਦੀ ਪੌੜ ਲੈਣੀ ਚਾਹੀਦੀ ਹੈ, ਅੰਮ੍ਰਿਤ ਛਕਣਾ ਚਾਹੀਦਾ,
ਇਹ ਸਵਾਲ ਦਸਵੇਂ ਪਾਤਸ਼ਾਹ ਨੇ ਕਲੀਅਰ ਕਰ ਦਿੱਤਾ ਹੈ। ਜੇ ਅਸੀਂ ਬੜੇ ਮਾਣ ਨਾਲ ਕਹਿੰਦੇ ਹਾਂ ਵੀ ਅਸੀਂ ਸਿੱਖ ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਰਾਂ ਦੇ ਦਾਨੀ ਦੇ, ਤੇ ਸਾਡੇ ਗੁਰੂ ਨੇ ਤੇ ਆਪ ਖੰਡੇ ਬਾਟੇ ਦੀ ਪੌੜ ਪੰਜਾਂ ਦੇ ਕੋਲੋਂ ਲਈ ਹੈ, ਇਹ ਤੇ ਸਵਾਲ ਸਾਡਾ ਦਸਵੇਂ ਪਾਤਸ਼ਾਹ ਨੇ ਕਲੀਅਰ ਕਰ ਦਿੱਤਾ ਹੈ। ਜੇ ਅਸੀਂ ਦਸਵੇਂ ਪਾਤਸ਼ਾਹ ਦੇ ਸਿੱਖ ਅਖਵਾਉਂਦੇ ਹਾਂ, ਬੜੇ ਮਾਣ ਨਾਲ ਕਹਿੰਦੇ ਹਾਂ ਵੀ ਅਸੀਂ ਪੁੱਤਰਾਂ ਦੇ ਦਾਨੀ ਦੇ ਸਿੱਖ ਹਾਂ, ਇਹ ਤੇ ਖੰਡੇ ਬਾਟੇ ਦੀ ਪੌਲ ਸਾਡੇ ਗੁਰੂ ਨੇ ਲਈ ਹੈ। ਜੇਕਰ ਅਸੀਂ ਖੰਡੇ ਬਾਟੇ ਦੀ ਪੌਲ ਨਹੀਂ ਲਈ ਤੇ ਸਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੱਖ ਅਖਵਾਉਣ ਦਾ ਵੀ ਕੋਈ ਹੱਕ ਨਹੀਂ, ਕੋਈ ਹੱਕ ਨਹੀਂ ਵੀ ਅਸੀਂ ਆਖੀਏ ਵੀ ਅਸੀਂ ਗੁਰੂ ਦੇ ਸਿੱਖ ਹਾਂ, ਕਿਉਂਕਿ ਸਾਡੇ ਗੁਰੂ ਨੇ ਤੇ ਆਪ ਪੰਜਾਂ ਕੋਲੋਂ ਲਈ ਹੈ ਤੇ ਸਾਨੂੰ ਵੀ ਖੰਡੇ ਬਾਟੇ ਦੀ ਪੌਲ ਜਿਹੜੀ ਲੈਣੀ ਪਵੇਗੀ। ਇੱਕ ਵਿਦਵਾਨ ਨੇ ਬੜੀ ਸੁੰਦਰ ਗੱਲ ਲਿਖੀ ਹੈ, ਉਹ ਕਹਿੰਦਾ ਜਿਹੜਾ ਅੰਮ੍ਰਿਤ ਛਕਣਾ ਹੈ ਜਾਂ ਖੰਡੇ ਬਾਟੇ ਦੀ ਪੌਲ ਹੈ, ਅਸਲ ਵਿੱਚ ਸ਼ਬਦ ਖੰਡੇ ਬਾਟੇ ਦੀ ਪੌਲ, ਵੀ ਜਿਹੜੀ ਖੰਡੇ ਬਾਟੇ ਦੀ ਪੌਲ ਲੈਣੀ ਹੈ ਉਹ ਇੱਕ ਇਸ ਤਰ੍ਹਾਂ ਵੀ ਬੇੜੇ ਦੇ ਵਿੱਚ ਅਸਵਾਰ ਹੋਣਾ। ਹੁਣ ਤੁਸੀਂ ਕਹੋਗੇ ਕਿਵੇਂ? ਉਸ ਵਿਦਵਾਨ ਨੇ ਬੜੀ ਸੁੰਦਰ ਗੱਲ ਲਿਖੀ, ਕਹਿੰਦਾ ਵੀ ਪੰਜ ਚਾਰ ਸੱਜਣ ਇਕੱਠੇ ਹੋ ਕੇ ਆਪਣੇ ਘਰੋਂ ਤੁਰ ਪਏ ਸ਼ਹਿਰ ਨੂੰ, ਔਰ ਘੁੰਮਣ ਫਿਰਨ ਵਾਸਤੇ ਗਏ, ਘਰ ਤੋਂ ਕਾਫੀ ਦੂਰ ਨਿਕਲ ਗਏ। ਰਸਤੇ ਦੇ ਵਿੱਚ ਨਦੀ ਪੈਂਦੀ ਸੀ, ਉਸ ਨਦੀ ਨੂੰ ਉਹਨਾਂ ਨੇ ਪਾਰ ਕਰਨਾ ਸੀ। ਜਦੋਂ ਪਹੁੰਚੇ ਤੇ ਤਕਾਲਾਂ ਪੈ ਚੁੱਕੀਆਂ ਸਨ, ਸ਼ਾਮਾਂ ਹੋ ਗਈਆਂ। ਜਾ ਕੇ ਮਲਾਹ ਨੂੰ ਕਹਿੰਦੇ ਵੀ ਸੱਜਣਾ, ਅਸੀਂ ਇਹ ਤੇਰੀ ਬੇੜੀ ਦੀ ਰਾਹੀਂ ਬੇੜੇ ਦੀ ਰਾਹੀਂ ਅਸੀਂ ਇਸ ਨਦੀ ਨੂੰ ਪਾਰ ਕਰਨਾ ਤੇ ਸਾਨੂੰ ਪਾਰ ਕਰਾ। ਉਹ ਕਹਿੰਦਾ ਵੀ ਨਹੀਂ, ਹੁਣ ਮੈਂ ਇਸ ਬੇੜੇ ਨੂੰ ਲੰਗਰ ਲਾ ਦਿੱਤਾ, ਵੀ ਸੰਗਲ ਲਾ ਦਿੱਤਾ, ਸੰਗਲ ਦੇ ਨਾਲ ਹੁਣ ਮੈਂ ਇਹਨੂੰ ਬੰਨ ਦਿੱਤਾ, ਹੁਣ ਨਹੀਂ, ਹੁਣ ਮੈਂ ਚੱਲਿਆ ਘਰ ਨੂੰ, ਸਵੇਰੇ ਆਵਾਂਗਾ ਤੇ ਸਵੇਰੇ ਆ ਕੇ ਪਹਿਲਾ ਪੂਰ ਤੁਹਾਡਾ ਬਿਠਾ ਕੇ, ਜੇ ਤੁਸੀਂ ਬੇੜੇ ਚ ਪਹੁੰਚ ਗਏ, ਬੇੜੇ ਚ ਸਵਾਰ ਹੋ ਗਏ, ਤੁਹਾਨੂੰ ਪਾਰ ਲਾ ਦਿਆਂਗਾ। ਉਹਨਾਂ ਕਿਹਾ ਠੀਕ ਹੈ, ਮਲਾਹ ਘਰ ਨੂੰ ਤੁਰ ਗਿਆ। ਉਹ ਪੰਜ ਚਾਰ ਸੱਜਣ ਸਨ, ਉਹਨਾਂ ਦੇ ਵਿੱਚੋਂ ਦੋ ਤੇ ਬੇੜੇ ਦੇ ਵਿੱਚ ਚੜ੍ਹ ਕੇ ਤੇ ਉੱਥੇ ਹੀ ਸੌਂ ਗਏ ਵੀ ਸਵੇਰੇ ਸਵੇਰੇ ਮਲਾਹ ਆਏਗਾ, ਉਹਨੇ ਤੋਰ ਦੇਣਾ ਬੇੜਾ, ਪਰਲੇ ਬੰਨੇ ਲੱਗ ਜਾਵਾਂਗੇ, ਉੱਤਰ ਜਾਵਾਂਗੇ। ਜਿਹੜੇ ਦੋ ਤਿੰਨ ਸਨ ਉਹਨਾਂ ਨੇ ਆਖਿਆ ਪਾਣੀ ਚ ਸਾਰੀ ਰਾਤ ਮੱਛਰ ਥੋੜਾ ਲੜਾਉਣਾ, ਅਸੀਂ ਬਾਹਰ ਸੌਂਦੇ ਹਾਂ, ਬਾਹਰ ਹਵਾ ਚੱਲਦੀ ਹੈ, ਠੀਕ ਹੈ, ਇੱਥੇ ਤੇ ਬੇੜੇ ਦੀਆਂ ਫੱਟੀਆਂ ਨੇ, ਆਲੇ ਦੁਆਲੇ ਹਵਾ ਵੀ ਨਹੀਂ ਲੱਗਣੀ। ਉਹ ਜਿਹੜੇ ਪੰਜ ਚਾਰ ਸਨ ਉਹ ਸਰੀਰ ਦੇ ਸੁੱਖ ਵਾਸਤੇ ਸੌਂਗੇ ਬਾਹਰ। ਮਲਾਹ ਆਇਆ ਸਵੇਰੇ ਸਵੇਰੇ ਤੜਕਸਾਰ, ਉਹਨੇ ਬੇੜੇ ਦਾ ਸੰਗਲ ਖੋਲਿਆ ਤੇ ਬੇੜਾ ਠੱਲ ਦਿੱਤਾ। ਜਿਹੜੇ ਤੇ ਬੇੜੇ ਚ ਅਸਵਾਰ ਸਨ ਉਹਨਾਂ ਨੂੰ ਲਾ ਦਿੱਤਾ ਪਾਰ। ਇੰਨੇ ਨੂੰ ਧੁੱਪ ਚੜ ਗਈ, ਸੂਰਜ ਚੜਿਆ ਤੇ ਸੇਕ ਨਾਲ ਉੱਠੇ, ਉੱਠ ਕੇ ਤੇ ਪਛਤਾਏ ਮਣਾ, ਜੇ ਰਾਤ ਅਸੀਂ ਵੀ ਬੇੜੇ ਚ ਚੜੇ ਹੁੰਦੇ ਤੇ ਪਾਰ ਅਸੀਂ ਵੀ ਹੋ ਜਾਣਾ ਸੀ। ਮੱਥੇ ਤੇ ਹੱਥ ਮਾਰਿਆ ਵੀ ਅਸੀਂ ਬੇੜੇ ਚ ਚੜੇ। ਉਹ ਵਿਦਵਾਨ ਲਿਖਦਾ ਕਹਿੰਦਾ ਇਹ ਖੰਡੇ ਬਾਟੇ ਦੀ ਪੌਲ ਅੰਮ੍ਰਿਤ ਇੱਕ ਬੇੜਾ, ਪਾਰ ਉਹੀ ਹੋਣਗੇ ਜਿਹੜੇ ਬੇੜੇ ਚ ਚੜੇ ਨੇ, ਜਿਹੜੇ ਅਜੇ ਚੜੇ ਹੀ ਨਹੀਂ ਉਹਨਾਂ ਨੇ ਪਾਰ ਕਿੱਥੋਂ ਹੋਣਾ। ਇਸ ਕਰਕੇ ਲੋੜ ਹੈ ਗੁਰੂ ਵਾਲੇ ਬਣਨ ਦੀ। ਇਹਨੂੰ ਗੁਰੂ ਨਾਨਕ ਸਾਹਿਬ ਨੇ ਆਖਿਆ ਜਿਸ ਜਲ ਨਿਧ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਉ। ਉਹਦੇ ਵਾਸਤੇ ਕਰਨਾ ਕੀ ਹੈ? ਛੋਡੋ, ਛੱਡਣਾ ਵੀ ਹੈ ਕੁਝ। ਵੇਸ ਭੇਖ ਧਾਰਮਿਕ ਪਹਿਰਾਵੇ ਦਾ ਭੇਖ ਛੱਡਣਾ ਹੈ, ਧਾਰਮਿਕ ਪਹਿਰਾਵੇ ਦਾ ਭੇਖ। ਛੋਡੋ ਵੇਸ ਭੇਖ, ਧਾਰਮਿਕ ਪਹਿਰਾਵੇ ਦਾ ਭੇਖ, ਔਰ ਨਾਲ ਹੋਰ ਕੀ ਛੱਡਣਾ? ਚਤੁਰਾਈ, ਚਤੁਰਾਈਆਂ ਛੱਡਣੀਆਂ ਨੇ। ਸੱਜਣ ਨੂੰ ਇਹੀ ਗੁਰੂ ਸਾਹਿਬ ਨੇ ਆਖਿਆ ਸੀ, ਚੱਕਰੀਆਂ ਚੰਗਿਆਈਆਂ ਔਰ ਸਿਆਣਪ ਕਿੱਤ, ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟੈ ਜਿੱਤ। ਵੀ ਸੱਜਣ ਤੇਰੇ ਕੋਲ ਚੱਕਰੀਆਂ ਚੰਗਿਆਈਆਂ ਆ ਚਲਾਕੀਆਂ ਨੇ, ਤੇਰੇ ਕੋਲ ਸਿਆਣਪਾਂ ਨੇ, ਚਤੁਰਾਈਆਂ ਨੇ, ਇਹਨਾਂ ਨੂੰ ਛੱਡ ਔਰ ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟੈ ਜਿੱਤ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਛੁੱਡ ਵੇਸ ਭੇਖ ਚਤੁਰਾਈ, ਦੁਬਦਾ ਇਹ ਫਲ ਨਾਹੀਂ ਜੀਉ। ਆਪਣੇ ਗੁਰਮਿਲ ਰਹੀ ਹੈ ਅੰਮ੍ਰਿਤ ਗਹੀ ਹੈ, ਦੁਬਦਾ ਮਾਰ ਨਿਵਾਰੇ,
गुरु दुबदा नूं अंदरों कढ़दा है। करना की है, अपने गुर मिल रही है, अपने गुरु दे नाल मिल के रहना है। और फिर और की करना है, अमृत गहिए दा अर्थ हुंदा पकड़ना, अंदर धारण कर लेना, गुरु नाल मिल के रहना, गुरु वाले बन के रहना, गुरु की मत दे अनुसार चलना, अमृत नूं धारण करना है। अपने गुर मिल रही है, अमृत गही है, दुबदा मार निवारे गुरु अंदरों दुबदा खत्म कर देंदा है, दुपांती चाल गुरु अंदरों कढ देंदा है। छोड़ो वेस भेख चतुराई, पातशाह कहिंदे दुबदा ए फल नाहीं जीओ। दुबदा विच पै के, दुचित्तेपण विच पै के ये दात प्राप्त नहीं हो सकती। जिहड़ी आनंदपुर साहब की धरती की एक घटना है, बहुत कुछ सिखाती है कि दुबदा दे विच पैण वाली गल नहीं, गुरु वाले बनना है ते बस बन जा ठीक। अंदरों ते बाहरों एक होना चाहिए, क्योंकि सतगुरु ने गुरु ग्रंथ साहब की बाणी विच आख्या कि जिहड़ा सिख है वह अंदरों ते बाहरों केवल इको जिहा होना चाहिए। अंदरों ते बाहरों जो उहदे अंदर है वह बाहर भी होए, जो बाहर है ओ अंदर भी होवे, अंदरों ते बाहरों इको जिहा। आनंदपुर साहब की धर जिहड़ी पातशाह ने इत्थे गल आखी है ना, छोड़ो वेस भेख चतुराई, दुबदा ए फल नाहीं जीओ। कलगी धर पिता का दीवान सजिया, पंज सत नौजवान सिख सतगुरु के दरबार च आए ते मुस्करा रहे ने, हस रहे ने थोड़ा थोड़ा। एक नौजवान ने अपने मोढ़े दे उपर शेर दी खल रखी, साखी तुसी सुनी है, लमेरी बहुती नहीं करनी, टूक मात्र। उन्हां दे विच्चों जदों आके वो पांच सत नौजवान बैठे, वो थोड़ा थोड़ा मुस्करा रहे ने, हस रहे ने एक दूजे वल वेख के। दीवान दी समाप्ति हुई, पातशाह ने पुछया भी सिखो क्यों हस रहे हो, कारण की है। एक सिख दसदा भी पातशाह अज पिंड दी न्याई दे विच शेर आ गया, वो रात दा फिरदा पिया सी, जदों दिन चढ़िया दिन दे चढ़ा नल लोकां ने वेख्या भी शेर आ गया, लोक डर गए। डर दे मारे लोकां ने अपने जवाक मदरसियां च नहीं भेजे, अपने माल डंगर बाहर खोल के नहीं लगाए, कोई खेतां नूं गेड़ा मारन वास्ते भी नहीं गया। सारे लोग सहम चुके सन, डर रहे सन शेर तो। पर इन्ने नूं एक कुम्हार सवेरे सवेरे गया, जिहड़ा दिन दे चढ़ा नल खेतां चों मिट्टी लैके आ रहा सी, जदों उहदे आ रहे खोतियां नूं उस शेर ने वेख्या। शेर बड़े कमाल दा खेतां दे विच्चों घा खा रहा सी, उह पहली वार वेख्या, ते जदों उहने खोतिया नूं वेख्या ते उह हिणकिया, जदों हिणकिया उहदे बोलण तों पता लग गया, क्योंकि सियाणे विद्वान कहिंदे ने दस्तार रफ्तार ते गुफ्तार, इन्हां तिन्नां तरीकियां तों बंदे की पहचान हो जाती है। जेड़े परसनैलिटी डिवेलपमेंट वाले ने तुहाडे विच्चों बहुते सज्जणां नूं पता होवेगा, जिन्हां ने उन्हां दीआं क्लासां अटेंड कीतीआं ने, कोर्स कीते ने, वह बंदे तुहाडा पहरावा वेख के दस देणगे भी ये बंदा किद्दां दा है। बाहरी तौर ते पहरावा वेख के तुसीं कुछ बोलोगे वह झट दस देण, तुहाडे कपड़िआं दे रंग तों दस देणगे भी ये बंदा किवें दा, किन्ने कु पाणी च है, की गलबात है इहदी। तुहाडे बोलण तो दस्तार, तुहाडा पहरावा, रफ्तार तुहाडे चाल चलण, तुहाडा रहन सहन, गुफ्तार गुफ्तगू बोलना, बोलण तो पहचान हो जाती है। भाई गुरदास ने भी यही आख्या, बोलण पाज उघाड़िया ज्यो मूली पत्ता। भी कई बारी बोले हुए बचन पाज उगेड़ देंदे हन, निलारी दे मट विच पै गिद्दड़ रत्ता, जिमें निलारी दे मट विच पै के गिद्दड़ रंगिया गया सी, बाहरी तौर ते जिहड़ा भेख सी पहरावा ते उहदा बन गया शेर वर्गा गिद्दड़ दा, पर जंगल अंदर जाए कै पखंड कुमत पखंड लग गया करन, बाहरी तौर ते भेख उहदा
शेर वाला सी पर सी गिद्दड़ जदों सभा ला के बह गया ते बाकी उहदे तों डर रहे सन बड़े खौफ दे विच सन पर गिद्दड़ां नूं आदत है जदों एक बोलदा है उहनां तों रिहा नहीं जांदा एक बोलिया दूजा तीजा जिहड़ा सभा ला के जानवरां दी बैठा सी उस गिद्दड़ तों वी रिहा नहीं गया बोलिया उह वी पर शेर अगे बैठा सी उहने पंजा मारिया ते उत्थे मार दित्ता अंदरों बार वर्गा नहीं सी बाहरों होर सी ते अंदरों होर सी पातशाह ने आख्या इको जिहा हो गल कह रहा सां कि बोलण तो पाज उगड़ जांदा है जदों आ रहे खोतियां नूं उस शेर ने वेख्या तो हिणक पिया किसी दे हथ विच डंडा डांग जो जो आया उन्होंने रज के कुटिया जदों भज्जिया ओ शेर ते धू के एक नौजवान ने उहदी खल ला के ते मोढ़े ते रख लई भाव की हेठों निकलिया खोता नौजवान नाले हसद नाले कलगीधर पिता नूं दसद भी पातशाह ओ असल च शेर नहीं सी जिहदे तों लोक डरदे रहे ओ खोता सी गधा सी लोकां ने रज के कुटिया जदों भज्जिया आ भज्जे जांदे तों मैं खल ला लई है मेरे मोढ़े ते सतगुरु हस पे कहिंदे सिखो ओ खोते ते शेर दी खल पा के मैं छड्डिया सी सिख कहिंदे तुहानूं की एडा अडंबर रचन दी लोड़ सी सतगुरु ने आख्या सिखो आ जिहड़ी पोशाक ए जिहड़ा पहरावा ए जिहड़ा बाहरी भेक मैं तुहानूं दित्ता है ए असल दे विच शेर दी पोशाक है ए शेर दी खल है किते पहरावा शेरां वाला धारण करके तुहाडे कम खोतियां ते गधियां वाले ना होण जे शेरां वाला बाणा पोशाक पा के तुहाडे कम खोतियां ते गधियां वाले होणगे फिर उस खोते वर्गी हालत होवेगी जेड़ी पिंड दी न्याई दे विच तुहाडे पिंड दे लोकां ने कीती है इस करके गुरु का सिख अंदरों ते बाहरों एक होवे ए नहीं भी बाणा धर्मियां दा पाया पंज ककार भी पाए ने चोला भी गिटियां तक पाया ते अंदरों काला गुरबाणी दा ज्ञान उहदे कोल है ही नहीं अज साडे समाज दे अंदर उन्नी पंजाब दी आबादी नहीं जिन्ना साडे साध बाबिआं ने प्रजा नूं खंडे बाटे दी पौल दे दित्ती है एन जोर लगा होया गिणतियां वधाण ते साडे महापुरशां ने इन्ने लख प्राणी नूं जाजे चढ़ा दित्ता दूजा उठदा उह कहिंदा जी साडे महापुरशां ने गुरु गोबिंद सिंह साहिब ने ते पंजां नूं छकाया ते पंज उह जिहड़े मरदे दम तक गुरु गोबिंद सिंह साहिब दा साथ नहीं छड्डदे और जान तली ते धर के गुरु गोबिंद सिंह साहिब दे नाल ओ लड़दे रहे साडे गुरु ने ते पंजां नूं छकाया एक है क्वांटिटी एक है क्वालिटी क्वांटिटी ना वधाओ गिणती मिणती ना वधाओ क्वालिटी पैदा करो क्वालिटी पंजां दे विच ही कर दो जिहड़ी कलगीधर पिता ने कीती है और असीं ओनियां नूं छका रहे हां जिन्हां नूं विचारे नूं मर्यादा भी पता नहीं धक्के नाल असीं छका रहे हां ओनी पंजाब दी आबादी नहीं जिन्नियां नूं अज तक छका दित्ता है इस करके गुरु सवारियो साडे रहत नामियां दे बोल ने पांच सिंह अमृत जो देवै तां कौ सिर धर शक पुन लेवै पुन मिल पंचो रहत जो पाखें तां कौ मन में दृढ़ कर रख है ओदे वास्ते करना की है छोड़ो वेस भेख चतुराई दुबदा ए फल नाही जियो सतगुरु जी कहिंदे अवगुण छोड़ अवगुणा नु छड़ देना गुणा को तावो गुणा नु इकट्ठिया करो कर अवगुण पछताही जियो कहिंदे जे अवगुण करोगे ते अवगुण करके पछताउणा पवेगा इस करके सतगुरु कहिंदे सांझ करी जै गुणा केरी छोड़ अवगुण चलिए जे सांझ करनी है सांझ केवल ते केवल गुणा दी कर गुण जिथों भी तैनूं मिलदे ने उथों हासिल कर लै गुण माड़े बंदे दे विचों भी मिलदा है ते उथों भी हासिल कर लै क्योंकि साडी जिहड़ी अज सोच बन चुकी है असीं अगले दीआं कमियां देखदे हां गुण नहीं ते भाई गुरदास पता की कहिंदे कहिंदे गुलाब दा पौधा
ਉਹਨੂੰ ਫੁੱਲ ਵੀ ਲੱਗਾ ਹੈ ਤੇ ਕੁਦਰਤੀ ਨਿਯਮ ਦੇ ਮੁਤਾਬਕ ਉਹਨੂੰ ਕੰਡੇ ਵੀ ਨੇ। ਹੁਣ ਮੇਰੇ ਵਰਗਾ ਮੂਰਖ ਇਕੱਲੇ ਕੰਡਿਆਂ ਨੂੰ ਵੇਖ ਕੇ ਆਖੇ ਜੀ ਇਹਦੇ ਕੰਡੇ ਤਿੱਖੇ ਨੇ, ਚੁੱਭਦੇ ਨੇ, ਕਹਿੰਦੇ ਉਹਦੀ ਮੂਰਖਤਾ। ਛੱਡ ਕੰਡਿਆਂ ਨੂੰ, ਗੁਲਾਬ ਦੇ ਫੁੱਲ ਦੀ ਸੁਗੰਧੀ ਮਾਣ ਲੈ। ਮੋਰ ਦੇ ਖੰਭਾਂ ਦਾ ਕਈਆਂ ਥਾਵਾਂ ਤੇ ਚੌਰ ਹੁੰਦਾ ਹੈ। ਜੇ ਉਹਦੇ ਪੈਰਾਂ ਨੂੰ ਵੇਖ ਕੇ ਬੰਦਾ ਆਖੇ ਵੀ ਇਹਦੇ ਤੇ ਪੈਰ ਬੜੇ ਗੰਦੇ, ਭਾਈ ਗੁਰਦਾਸ ਕਹਿੰਦੇ ਛੱਡ ਪੈਰਾਂ ਨੂੰ, ਮਲੀਨਤਾ ਛੱਡ ਦੇ, ਮੋਰ ਦੇ ਖੰਭਾਂ ਦੀ ਸੁੰਦਰਤਾ ਵੱਲ ਵੇਖ। ਅੰਬ ਦੇ ਫਲ ਦੇ ਵਿੱਚ ਮਿਠਾਸ ਬੜੀ ਹੈ ਪਰ ਗਿਟਕ ਦੇ ਵਿੱਚ ਕੁੜੱਤਣ ਹੈ। ਹੁਣ ਜੇ ਗਿਟਕ ਦੀ ਕੁੜੱਤਣ ਵੇਖ ਕੇ ਬੰਦਾ ਆਖੇ ਵੀ ਮੈਂ ਕੀ ਕਰਨਾ, ਬੰਦਾ ਜਦੋਂ ਜਾਂਦਾ ਨਾ ਦੁਕਾਨ ਤੇ ਰੇਹੜੀ ਤੇ ਜਾ ਕੇ ਕਹਿੰਦਾ ਅੰਬ ਕੀ ਰੇਟ, ਉਹ ਦੱਸਦਾ ਵੀ 150 ਰੁਪਏ ਕਿਲੋ, ਤੇ ਬੰਦਾ ਘਰ ਲੈ ਆਉਂਦਾ। ਘਰ ਲਿਆ ਕੇ ਗੁਰੂ ਸਵਾਰਿਓ, ਗਿਟਕ ਨਾਲ ਸਾਡਾ ਕੋਈ ਵਾਹ ਵਾਸਤਾ ਨਹੀਂ, ਕੋਈ ਰੇਟ ਪੂਰਾ ਦਿੱਤਾ ਉਹਦਾ ਬਰਾਬਰ ਤਲਾਇਆ। ਘਰ ਆ ਕੇ ਬੰਦਾ ਛਿੱਲੜ ਵੀ ਸੁੱਟ ਦਿੰਦਾ, ਗਿਟਕਾਂ ਵੀ ਗਾਰਬੇਜ ਕਰ ਦਿੰਦਾ, ਡਸਟਬਿਨ ਚ ਪਾ ਦਿੰਦਾ, ਪਰ ਉਹਦਾ ਜਿਹੜਾ ਰਸ ਹੈ ਉਹ ਖਾ ਲੈਂਦਾ। ਇਸੇ ਤਰ੍ਹਾਂ ਭਾਈ ਗੁਰਦਾਸ ਕਹਿੰਦੇ ਅੰਬ ਦੇ ਫਲ ਦੀ ਗਿਟਕ ਦੀ ਕੁੜੱਤਣ ਨੂੰ ਛੱਡ ਤੇ ਮਿਠਾਸ ਉਹਦੀ ਧਾਰਨ ਕਰ ਲੈ। ਇਸ ਕਰਕੇ ਅਵਗੁਣ ਛੱਡ ਦੇ ਤੇ ਗੁਣਾਂ ਨੂੰ ਧਾਰਨ ਕਰ ਲੈ। ਪ੍ਰੋਫੈਸਰ ਸਾਹਿਬ ਸਿੰਘ ਉਹ ਕਹਿੰਦੇ ਸਨ ਜੇ ਤੁਹਾਨੂੰ ਸਾਹਮਣੇ ਬੈਠਾ ਬੰਦਾ ਦਿਸਦਾ ਵੀ ਉਹਦੇ ਵਿੱਚ 99 ਕਮੀਆਂ ਨੇ, ਅਵਗੁਣ ਨੇ, 99 ਕਮੀਆਂ ਤੇ ਅਵਗੁਣਾਂ ਨੂੰ ਰੱਖ ਦਿਓ ਇੱਕ ਪਾਸੇ। ਜੇ ਉਹਦੇ ਵਿੱਚ ਇੱਕ ਗੁਣ ਹੈ, ਤੁਸੀਂ ਵੇਖੋ ਇੱਕ ਗੁਣ ਹੈ, 99 ਕਮੀਆਂ ਤੇ ਅਵਗੁਣ ਨੇ, ਜਦੋਂ 99 ਕਮੀਆਂ ਨੂੰ ਪਾਸੇ ਕਰਕੇ ਉਹਦਾ ਇੱਕ ਗੁਣ ਵੇਖੋਗੇ ਤੁਸੀਂ, ਫਿਰ ਤੁਹਾਨੂੰ ਕੇਵਲ ਬੰਦਾ ਗੁਣੀ ਦਿਸੇਗਾ, ਅਵਗੁਣੀ ਨਹੀਂ। ਪਰ ਅਸੀਂ ਕੀ ਕਰ ਰਹੇ ਹਾਂ, ਅਸੀਂ ਅਗਲੇ ਦੀਆਂ ਕਮੀਆਂ ਲੱਭਦੇ ਹਾਂ ਆਪਣੀਆਂ ਦੋ ਅੱਖਾਂ ਦੇ ਨਾਲ। ਸਾਡੀਆਂ ਦੋ ਅੱਖਾਂ ਨੇ ਕਮੀਆਂ ਕੀ, ਦੋ ਅੱਖਾਂ ਤੇ ਵਿਚਾਰੀਆਂ ਆਪਣਾ ਸਰੀਰ ਵੀ ਪੂਰਾ ਨਹੀਂ ਦੇਖ ਸਕਦੀ, ਸੱਜੀ ਅੱਖ ਖੱਬੀ ਨੂੰ ਨਹੀਂ ਵੇਖ ਸਕਦੀ, ਖੱਬੀ ਸੱਜੀ ਨੂੰ ਨਹੀਂ ਵੇਖ ਸਕਦੀ। ਇਸ ਕਰਕੇ ਅਵਗੁਣ ਛੋੜ, ਅਵਗੁਣਾਂ ਨੂੰ ਛੱਡ ਦੇ, ਕੱਢ ਦੇ, ਗੁਣਾਂ ਕੋ ਧਾਵੋ ਕਰ ਅਵਗੁਣ ਪਛਤਾਹੀ ਜੀਓ, ਗੁਣਾਂ ਵਾਸਤੇ ਦੌੜ ਭੱਜ ਕਰ, ਕਿਉਂਕਿ ਅਵਗੁਣ ਕਰਕੇ ਪਛਤਾਉਣਾ ਪੈਂਦਾ। ਫਰੀਦਾ ਜਿੰਨੀ ਕੰਮੀ ਨਾਹੀਂ ਗੁਣ ਤੇ ਕੰਮੜੇ ਵਿਸਾਰ, ਮਤ ਸ਼ਰਮਿੰਦਾ ਥੀ ਵਹੀ ਸਾਈ ਦੈ ਦਰਬਾਰ। ਸਤਿਗੁਰੂ ਕਹਿੰਦੇ ਸਰ ਅਫਸਰ ਕੀ ਸਾਰ ਨਾ ਜਾਣੇ, ਫਿਰ ਫਿਰ ਕੀਚ ਬੜਾਹੀ ਜੀਓ। ਸਰ ਚੰਗਾ, ਅਫਸਰ ਮਾੜਾ, ਚੰਗੇ ਤੇ ਮੰਦੇ ਦੀ ਪਛਾਣ ਸਤਿਗੁਰੂ ਕਹਿੰਦੇ ਜੇ ਤੈਨੂੰ ਨਹੀਂ ਤੇ ਫਿਰ 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 ਕੀਚ ਬੜਾ ਹੀ ਜੀਓ, ਫਿਰ ਤੂੰ ਵਾਰ ਵਾਰ ਮਾਇਆ ਦੇ ਮੋਹ ਦੇ ਚਿੱਕੜ ਦੇ ਵਿੱਚ ਡੁੱਬ ਰਿਹਾ, ਖਚਤ ਹੋ ਰਿਹਾ, ਜੇਕਰ ਚੰਗੇ ਤੇ ਮੰਦੇ ਦੀ ਪਛਾਣ ਨਹੀਂ। ਫਿਰ ਗੁਰੂ ਨਾਨਕ ਸਾਹਿਬ ਤੀਜੇ ਪਦੇ ਦੇ ਵਿੱਚ ਬਖਸ਼ਿਸ਼ ਕਰਦੇ, ਕਹਿੰਦੇ ਅੰਤਰ ਮੈਲ, ਜੇ ਹੋਵੇ ਅੰਦਰ ਮੈਲ, ਲੋਭ ਲਾਲਚ ਵੀ ਹੋਵੇ, ਝੂਠੇ ਤੇ ਝੂਠ ਵੀ ਹੋਵੇ ਅੰਦਰ, ਬਿਰਤੀ ਮਲੀਨ ਹੋਵੇ, ਅੰਤਰ ਮੈਲ ਲੋਭ ਬਹੁਤ ਝੂਠੇ, ਕਹਿੰਦੇ ਬਾਹਰ ਨਾਵੋ ਕਾਹੀ ਜੀਓ। ਬਾਹਰ ਇਸ਼ਨਾਨ ਕੀ ਕਰਦਾ ਹੈ, ਬਾਹਰੀ ਤੌਰ ਤੇ ਸਰੀਰ ਨੂੰ ਕੀ ਧੋ ਰਿਹਾ, ਜੇ ਮਨ ਮੈਲ ਹੈ, ਤਾਂ ਹੀ ਪਾਤਸ਼ਾਹ ਨੇ ਆਖਿਆ ਨਾ ਮਨ ਮੈਲ ਹੈ, ਸਭ ਕਿਛ ਮੈਲਾ, ਤਨ ਧੋਤੇ ਮਨ ਹਸ਼ਾ ਨਾ ਹੋਏ। ਤੇ ਕਬੀਰ ਸਾਹਿਬ ਕਹਿੰਦੇ ਅੰਤਰ ਮੈਲ, ਜੇ ਤੀਰਥ ਨਾ ਹੋਵੇ ਤਿਸ ਬੈਕੁੰਠ ਨਾ ਜਾਣਾ, ਲੋਕ ਪਤੀਣੇ ਕਸ਼ੂ ਨਾ ਹੋਵੇ ਨਾ ਹੀ ਰਾਮ ਇਆਣਾ। ਰੱਬ ਕੋਈ ਬੱਚਾ ਥੋੜਾ, ਨਿਆਣਾ ਥੋੜਾ, ਤੂੰ ਉਹਨੂੰ ਖੁਸ਼ ਕਰਨਾ ਚਾਹੁੰਦਾ, ਪਰ ਜੇ ਤੇਰੇ ਅੰਦਰ ਮੈਲ ਹੈ, ਅੰਤਰ ਮੈਲ, ਜੇ ਤੀਰਥ ਨਾਵੈ ਤਿਸ ਬੈਕੁੰਠ ਨਾ ਜਾਣਾ, ਲੋਕ ਪਤੀਣੇ ਕਸ਼ੂ ਨਾ ਹੋਵੇ ਨਾ ਹੀ ਰਾਮ ਇਆਣਾ। ਪੂਜੋ ਰਾਮ ਏਕ ਹੀ ਦੇਵਾ ਸਾਚਾ ਨਾਵਣ, ਗੁਰ ਕੀ ਸੇਵਾ ਜਲ ਕੈ ਮੱਜਨ ਜੇ ਗਤ ਹੋਵੇ, ਨਿਤ ਨਿਤ ਮੇਂਡੁਕ ਨਾਵੈ ਜੈਸੇ ਮੈਂਡੁਕ ਤੈਸੇ ਓਏ ਨਰ ਫਿਰ ਫਿਰ ਜੋਨੀ। ਅਸੀਂ ਤੇ ਨਹਾਉਣ ਦੀ ਗੱਲ ਕਰਦੇ ਹਾਂ ਨਾ ਤੀਰਥਾਂ ਤੇ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਬੰਦਾ ਸਾਰੀ ਉਮਰ ਤੀਰਥ ਤੇ ਰਹੇ ਤੇ ਉਹਦੀ ਆ ਜਿਹੜੀ ਦੇਹੀ ਹੈ, ਆਪਣੀ ਦੇਹੀ ਵੀ ਤੀਰਥ ਤੇ ਤਿਆਗ ਜਾਏ ਤੇ ਮਨ ਚ ਇੱਛਾ ਹੋਵੇ, ਕਾਮਨਾ ਹੋਵੇ, ਮਨ ਚ ਕਾਮਨਾ ਲੈ ਕੇ ਬੰਦਾ ਤੀਰਥ ਤੇ ਰਹੇ, ਤੀਰਥ ਤੇ ਇਸ਼ਨਾਨ ਕਰੇ ਤੇ ਮਰ ਜਾਵੇ ਤੀਰਥ ਤੇ, ਕੀ ਉਹ ਮੁਕਤ ਹੋਵੇਗਾ? ਗੁਰੂ ਅਰਜਨ ਸਾਹਿਬ ਕਹਿੰਦੇ ਮਨ ਕਾਮਨਾ ਤੀਰਥ ਦੇ ਛੁੱਟੈ,
गर्भ गुमान ना मन ते हुटै सोच करै सोच रखे बड़ी दिनस अर रात किड़ी कमाल दी पंक्ति है की है पड़ा मन की मैल ना तन ते जात किड़े प्यारे सिद्धांत असी पढ़ रहे हैं सुखमनी सहबाणी पर एक एक पंक्ति दे विच सतगुरु ने कमाल दी विचार दिती है विचार के देखो सतगुरु कहिंदे मन कामना तीरथ दे छुट्टै गर्भ गुमान ना मन ते हुट्टै सोच करै दिन सार रात मन की मैल ना तन ते जात इस देही को बहु साधना करै मन ते कबू ना बिख्या टरै जल धोवै बहु देह अनीत शुद्ध कहां होए काची पीत मन हर के नाम की महिमा ऊच नानक नाम उदरे पतित बहुमूच अंतर मैल लोभ बहु झूठे जी अंदर मैल है लोभ है झूठ है बाहर ना वो काहीं जियो कहिंदे बाहरी तौर ते की ना रहे हैं तो अंतर मैल लोभ बहु झूठे बाहर ना वो काहीं जियो फिर कहिंदे निर्मल नाम जपो साद गुरमुख अमृत दी न्याई परमात्मा दे अमृत नाम नु जप सदा ही जप ਕਿਵੇਂ ਜਪ ਗੁਰਮੁਖ ਗੁਰੂ ਦੀ ਮੱਤ ਤੇ ਚੱਲ ਕੇ ਜਪ ਅੰਮ੍ਰਿਤ ਨਾਮ ਜਪੋ ਸਦ ਗੁਰਮੁਖ ਅੰਤਰ ਕੀ ਗਤ ਤਾਂ ਹੀ ਜੀਓ ਅੰਦਰ ਦੀ ਗਤ ਕੇਵਲ ਤਾਂ ਹੈ ਜਿਹੜੀ ਆਤਮਿਕ ਤੌਰ ਤੇ ਤੇਰੀ ਅਵਸਥਾ ਉੱਚੀ ਹੋਣੀ ਹੈ ਉਹ ਕੇਵਲ ਜਦੋਂ ਗੁਰੂ ਦੀ ਮੱਤ ਤੇ ਚੱਲ ਕੇ ਜਪੇਗਾ ਗੁਰੂ ਅਰਜਨ ਸਾਹਿਬ ਕਹਿੰਦੇ ਵੀ ਸਿੱਖਾ तेरे हाथ भी नाम जपन क्योंकि अज ते जोर लगा ना भी इन्ने मणकियां वाली माला लाओ ते नाम जपो जिन्ना कदास ने गुरु ग्रंथ साहिब दी बाणी नू पढ़िया एक भी पंक्ति गुरु ग्रंथ साहिब दी समुची बाणी दे विच माला फेरन दे हक च नहीं जे तुहानू एक भी पंक्ति गुरु ग्रंथ साहिब दी बाणी दी माला फेरन दे हक दे विच लभी होवे ते कथा तो बाद दास दे नौल च भी वादा कर दे भी भाई साहब फलाने महापुरश ने फलाने राग इस अंग दे उपर माला फेरन दी हदायत कीती है मैनू भी दस दियो एक भी पंक्ति गुरु ग्रंथ साहिब दी बाणी दे विच माला फेरन दे हक विच नहीं एक भी पंक्ति जिथे भी कीता है माला दा खंडन ही कीता जिथे भी कीता है माला दा खंडन भी कबीर जपनी काठ की क्या दिखला मैं लोए हिरदय राम न चेतही ए जपनी क्या होए सतगुरु ने जिथे कीता खंडन कीता है गज साडे तै तै धोतियां तेहरे पायण तग गली जिन्ना जप मालियां लोटे हाथ नबग गली जिन्ना जप मालियां उथे भी पातशाह ने माला दा जिक्र कीता है गल माला तिलक ललाटन दोए धोती वस्त्र कपाटन जे जानस ब्रह्मं कर्मं जिन्ना नु तू रब दे कर्म समझदा है सब फोकट निश्चो कर्म इत्थे ही माला दा खंडन जिन्नियां पंक्तियां ने माला दा खंडन कर दियां ने पर कबीर साहब नु पुछो केड़ी माला फेरियो कहिंदे कबीर मेरी सिमरनी रसना उपर राम आदि जुगादी सगल भगत ताको सुख विश्राम गुरु अर्जन साहब कहिंदे सिखा तेरा मन भी नाम जपे अखां भी कन्न भी हाथ भी पैर भी तेरा सारा शरीर दा कला कला अंग नाम जपे किवें जपे पाशा कहिंदे उस्तत मन में कर निरंकार कर मन मेरे सत व्यवहार निर्मल रसना अमृत पियो सदा सुहेला कर ले जियो नैनो पेख ठाकुर का रंग साध संग बिन से सब संग चरण चलो मार्ग गोबिंद मिट है पाप जपिए हर बिंद कर हर कर्म श्रवण हर कथा हर दरगाह नानक उज्जल मथा एदे तो उत्ते होर की दलील हो सकती पातशाह कहिंदे समुचा तेरा शरीर नाम जप निर्मल नाम जपो सद गुरमुख अंतर की गत ताही जीओ फिर सतगुरु जी कहिंदे पर हर लोभ पर हर दा अर्थ हुंदा छड्डना त्यागना जिवें असीं रोज पढ़दे आ ना दुख पर हर सुख घर लै जाए पर हर दा अर्थ है छड्ड देना त्यागना सतगुरु जी कहिंदे पर हर लोभ निंदा कूड़ ते आगो
जेकर अपने गुरु दे कोलों तू अमृत दी दात लै लई है, अपने गुरु नाल मिलके अमृत बाणी नूं धारण कर लिया, अमृत बाणी नूं अपने रोम रोम दे विच वसा लिया, ते सतगुरु जी कहिंदे उहदे वास्ते पर हर लोभ लोभ त्याग दे, निंदा निंदिया छड़ दे। गुरु ग्रंथ साहिब दी बाणी मैं पढ़ रहा सी, गुरु ग्रंथ साहिब दी बाणी दे विच सतगुरु ने हर एक मसले का हल दसिया, पर मैं पढ़ के हैरान होया दो बंदियां नूं गुरु ग्रंथ साहिब दी बाणी च नहीं बख्शिया, सतगुरु ने बख्शिया ही नहीं उन्हां नूं। एक ते जैनियां नूं नहीं बख्शिया गुरु नानक साहिब ने, हालांकि तुसीं बाणी पढ़ोगे मुसलमान नूं भी आख्या किवें दा होना चाहिए, खत्री नूं भी आख्या, पंडित नूं भी आख्या, ब्राह्मण नूं भी आख्या, जोगी नूं भी आख्या, ये किवें दे, सिख नूं भी आख्या किवें दा जीवन होना चाहिए इन्हां दा। पर सतगुरु ने एक ते जैनियां नूं नहीं बख्शिया और दूजा पातशाह ने आख्या सबे अवखद कीतेण निंदक का दारू ना है, भी सारे औखद करके देख लो भी निंदक का दारू ही है नहीं, निंदक का मसला ही हल नहीं हो सकता, इहदा कोई इलाज। ये दो बंदियां नूं पातशाह ने बाणी च नहीं बख्शिया, निंदक नूं ते जैनी नूं। हजूर कहिंदे पर हर लोभ लोभ छड़ दे, ते जदों लोभ की गल आई उदों पातशाह तुलना हल्के कुत्ते नाल कर दे, लोभी बंदे दी हल्के कुत्ते नाल, क्योंकि पता नहीं अपने नूं वड्ढण तों गुरेज नहीं करदा, उहनूं अपने ते पराए की पहचान नहीं, इस करके सतगुरु कहिंदे पर हर लोभ निंदा कूड़ त्यागो झूठ त्याग दे, सच गुर बचनी फल पाही जियो, सच गुर बचनी फल पाही जियो, तेरे अंदर सच होना चाहिए, गुरु दे बचन होने चाहिए ने, गुरु दे बचना दे नाल सच ते चल के ते तैनू गुरु नानक साहिब सच्चे पातशाह कहिंदे असल सच दा फल प्राप्त होवेगा कदों, जदों गुरु दे बचना ते चलेगा। फिर हजूर बख्शिश करदे ने कहिंदे हे मालका ज्यों पावै जिवें तैनू पाउंदा जिवें तैनू चंगा लगदा, ये मेरी अरदास है बेनती है, ज्यों पावै त्यों रख हो हर जियो, जन नानक शब्द सलाही दियो। गुरु नानक साहब सच्चे पातशाह कहिंदे हे मेरे मालका कृपा कर ज्यों भावै जिवें तैनू पाउंदा जिवें तैनू चंगा लगदा, ज्यों भावै त्यों रखो हर जियो, हे प्रभु जी रब जी उस तरह मैनू रख, ज्यों भावै त्यों रखो हर जियो, जन नानक शब्द सलाही दियो, भी हे मेरे मालका मैं सदा ही तेरे शब्द की सिफत ते सलाह करता रहा। सतगुरु जी ने इस पावन पवित्र शब्द दे विच जो बख्शिश कीती है, सब तो पहली गल ते ए भी मनुख दे जीवन दा स्वार्थ केवल ते केवल आत्मिक तौर ते परमात्मा दा नाम, दूजी गल इहनू प्राप्त करके बाहरी तौर ते भेख धर्म का पहरावा जेड़ा कल्ला विखावे मात्र है जेड़ा उन्नू त्याग ते अंदरों बाहरों एको, ते तीजी गल सतगुरु जी ने कीती है भी जे गुरु की मत ते चलना है ते उहदे वास्ते लोभ निंदिया ते झूठ तैनू त्यागना पैना है। जदों ए दातां साडी जिंदगी दे विच आ जाणगियां फिर असल दे विच असी पूर्ण तौर ते गुरसिख बन जावांगे, उदों केवल ते केवल साडी जिंदगी दे अंदर जदों ये शब्द असी धारण कर लवांगे उदों फिर गुरु सवारियो असी सिखी सिखिया गुर विचार असल दे विच जिहड़ी सिखिया है वह गुरु की विचारधारा अपनी जिंदगी दे अंदर दृढ़ करके पूर्ण तौर पर गुरु नानक साहब के सिख अखवाउण दे असी हकदार होवांगे। दास की बेनती है गुरु सवारियो जे असी बड़े माण नाल अज कह रहे हैं असी दसवें पातशाह के सिख हाँ तो सानू भी खंडे बाटे की पहुल लैनी चाहीदी है, खंडे बाटे की पौल लैके असी त्यार बर त्यार सिंह सजिए
कदी वो समा देखो सतगुरु आनंदपुर साहब तो तुरे ने सारा परिवार नाल है, चार पुत्र नाल ने सरसा ते पहुंचे। वैसे एक सरसा नदी ते सरसा दा डेरा इन्होंने सिख पंथ दे अंदर हमेशा दो फाड़ पाया है। सरसा नदी ने गुरु का परिवार विछोड़िया ते सरसा वाले डेरे ने सिख पंथ नूं विछोड़ दिता है। और मैं कहना धन गुरु गोबिंद सिंह साहब, कई बारी असी उन्होंने कहने कलगियां वाला, मैं क्या कलगी ते कोई देहधारी साध भी अपने मथे ते ला सकता है। असी कई बारी गुरु गोबिंद सिंह साहब नूं कलगियां वाला शब्द, नीले दा शाह सवार, इस तरह के शब्दों के नाल गुरु गोबिंद सिंह साहब वर्गी पोशाक कोई देहधारी साध पा सकता है, कलगी मत्थे ते ला सकता है, गुरु साडे वांगू पानी च रंग जिहा घोल के अपनियां भेडां नूं पिया सकता है, पर पुत्र कुर्बान केवल ते केवल गुरु गोबिंद सिंह साहब करवा सकता है। इस करके गुरु गोबिंद सिंह साहब नूं इकल्ला कलगियां वाला नहीं, पुत्रां दा दानी आख्या करो। पुत्र कुर्बान केवल ते केवल मेरा दसवां पातशाह करवा सकता है। सरसा ते पहुंचे दो पुत्र रह गए, चमकौर दी गढ़ी चों चलण लगे कोई भी नाल नहीं। ते दया सिंह ने आख्या सी पातशाह मेरे कोल होर ते कुछ है नहीं, आ तुहाडे पुत्रां दे शरीर मैं कफन पा के ढक दियां। गुरु साहब ने आख्या सी नहीं, उन्हें आख्या बड़े गरीब मापे दुनिया ते पलदे ने पल रहे ने, अज तक मैं ते नहीं वेख्या भी किसे प्यो ने अपने मृतक पुत्र दे शरीर नूं कफन पा के ना ढकिया होवे। उन्हें आख्या सी भाई दया सिंह ने पग सी सी उत्तों ला के टोटके बना दें, अद्धी अद्धी दोवां दे शरीर उत्ते पा दें, लखां ही गरीब मापे दुनिया ते पए ने, कफणां दे बाजों दसो किहदे पुत गए ने। पर बोले दशमेश जरा अगों ललकार के, लैणा की तू सिंगा मेरे पुत्तां नूं दुलार के, दया सिंगा सिक्खी च वखेवां किवें पा देआं, सिक्खां नूं छड प्यार पुत्तां नाल जता देआं, अज जे मैं सिक्खां नूं छड के पुत्तरां दे शरीर कफन पा के ढक दित्ते, कल नूं लोक आखणगे गुरु गोबिंद सिंह साहिब ने पुत्तरां ते सिक्खां दे विच फर्क समझ। इन्ना समां नहीं साडे गुरु कोल भी अपने पुत्रां दे शरीर कफन पा के ढक देण, पर रुझेवियां भरी जिंदगी दे विचों समां कढ के गुरु साहिब ने गुरु ग्रंथ साहिब दे सरूप लिखाए भी किते कल नूं मेरा खालसा ना भटक जाए, खालसा ना भुल जाए। जिथे पातशाह ने खंडे बाटे की पौल दित्ती, तुसीं वेखो जदों सतगुरु नूं मतावां मिलियां किदां दी सिचुएशन होवेगी, किवें दा माहौल होवेगा। जदों उन्हां ने आख्या होणा पातशाह तुहाडे चौवां पुत्रां दे विच्चों ते सानूं एक भी नहीं दिसदा, किवें दा माहौल होवेगा उत्थे, तुसीं वेखो असीं वी पुत्रां वाले बैठे हां, साडियां वी धीआं ने पुत्तर ने। जदों उन्हां ने पुछिया होणा एक भी नहीं ते सतगुरु ने आख्या सी इन पुत्रन के शीस पर वार दिए सुत चार, चार मुए तो क्या भया जीवत कई हजार। अज गुरु सवारियो सिर झुक जांदा दसवें पातशाह दे चरणां ते, असी साल दो साल बाद गुरुद्वारे की कमेटी की चोण करनी होवे ना, कई बारी पग्गां लै के गुरु की हजूरी च गलां च पै जांदियां ने, असी प्रबंधक चुनने हुंदे ने, प्रधान सैकटरी ते मैंबरां की चोण करनी हुंदी। जे असी साल दो साल बाद गुरु चुनना हुंदा ते फिर साडी की हालत होनी सी, क्योंकि सानू साडे गुरु ने गुरु ग्रंथ साहिब दे लड़ ला के आख्या आग्या भई अकाल की तबै चलायो पंथ, सब सिखण को हुक्म है गुरु मान्यो ग्रंथ। जिहड़ी भाई नंद लाल जी ने गल आखी है ना, ब्राह्मण मशताकै बुत जाहद फिदाए खानका, हर कूजा जामे मुहब्बत दीदाम सरशार हस्त। गुरु साहिब जा रहे ने, एक पत्थर उन्होंने पानी च सुटिया, कहिंदे सिखो ये पत्थर पानी च क्यों डुब गया। सिख कहिंदे जी पत्थर दा सुभाअ डुब जांदा है, गां थोड़ा जिहा गया एक पत्थर होर चुकिया फिर पानी च सुट दिता। फिर पातशाह ने पिछे आउंदे सिखां नूं
मुखातब होके आख्या सिखो भी आ पत्थर मैं सुटिया पानी च डुब गया। वह कहिंदे पातशाह पत्थर का सुभा पत्थर भारा हुंदा ते पानी च डुब गया। तीजी वारी पत्थर सुटिया ते सतगुरु ने वह सिखो नहीं आख्या ना लिया ना लिया। कहिंदे भाई नंद लाल सिंह आ जिहड़ा मैं पत्थर सुटिया ये पानी च क्यों डुब गया। पहला ना नहीं सी लिया पहला सिखा नूं आख्या सी। सिखा ने जवाब दिता आपो अपनी सोच मुताबक। जो तीजी वारी सुटिया तो नंद लाल नूं कहिंदे ये डुबिया क्यों है। वह बोले नहीं। गुरु साहब ने फिर जांदिया आख्या नंद लाल सिंह पत्थर डुब क्यों गया है। वह बोलिया नहीं। तीजी वारी जदों पातशाह बोलन लगे वह रुक गए ते पिछां नूं मूंह कर लिया भौं के पिछां नूं। सतगुरु रुक के कहिंदे नंद लाल सिंह अजे कह ही रहे सन ओदियां अखां दे विच्चों नीर दी झड़ी लग गई पानी वह रहा सी अखां चों पानी टपक रहा सी। सतगुरु कहिंदे नंद लाल सिंह तैनूं की होया मैं पुछिया भी आ पत्थर पानी दे विच क्यों डुब गया। सिखां ने जवाब दिता तू रो रहा है। बस कहिंदा सतगुरु मैं ते ए जानदा भी जिहड़ा मुसलमान है ओनूं अपने नां पिछे खानका ला के बहुता माण है ते ब्राह्मण पत्थरां दी पूजा करदा है ओनूं ओहदा माण है। सतगुरु तुसी पत्थर पानी च सुटे है। सिखां ने जवाब दिता है भी इह सुभा है पत्थर दा पर सतगुरु मैं ते ए जानदा जिहड़ा तेरे हथों छुट गया ओह बस डुब गया जिहड़ा तेरे हथों निकल गया ओह बस डुब गया जिहड़ा तेरे हथों डिग गया पातशाह ओह डुब गया। इस करके ब्राह्मण मशताकै बुत जाहद फिदाए खानका हर कूजा जामे मुहब्बत दीधाम सरशार हस्त। इस करके गुरु सवारियो अपने गुर मिल रही है अमृत गही है दुबदा मार निवारे। ये बाणी दे बड़े प्यारे सिद्धांत साड़ी जिंदगी ते जीवन दा आधार बन जान। जिस जल निद कारण तुम जग आए सो अमृत गुरपाही जियो छोडो वेस भेख चतुराई दुबदा ए फल नाही जियो मन रे थिर रहो मत कत जाही जियो बाहर ढूंढत बहुत दुख पावें कर अमृत घट माही जियो रहाओ। अवगुण छोड़ गुणा को तावो कर अवगुण पछताही जियो सार अवसर की सार न जाने फिर कीच बड़ाही जियो अंतर मैल लोभ झूठे बाहर नावो काही जियो निर्मल नाम जपो सद गुरमुख अंतर की गत ताही जियो पर हर लोभ निंदा कूड त्यागो सच गुर बचनी फल पाही जियो अरदास करो सारे ज्यों पावे त्यों रखो हर जियो जन नानक शब्द सलाही जियो भुलां दास दियां बचन कहे सुने सतगुरु जी दे कोटान कोट धन्नवाद धन श्री गुरु ग्रंथ साहिब जी दा आप सरबत संगतां दा जिन्हां ने बड़ी एकाग्रता दे नाल श्रवण कीता है समूह प्रबंधक वीरां दा नौजवान सज्जणां दा सत्कारयोग वीर मनदीप सिंह हुणां दा जिन्हां दी बदौलत आप सरबत संगत दे दर्शन होए ने पुत्रां दे दानी कलगीधर पिता दी बख्शी फतेह प्रवान करो ते आखियो जी वाहिगुरु जी का खालसा वाहे गुरु जी की फतेह।